ਓਏ ਆਓ ਜੀ ਪਹਿਲਵਾਨ ਜੀ ਓ ਸ਼ਹਾਦੇ ਸੁਣਾ ਓ ਮੁਬਾਰਕਾਂ ਹੋਣ ਯਾਰ ਮੁਬਾਰਕਾਂ ਓ ਤੁਹਾਨੂੰ ਮੁਬਾਰਕਾਂ ਹੋਣ ਇਹ ਕੀ ਕੋਈ ਵਿਗੜ ਲਈ ਜਿਹੜਾ ਓਏ ਅੱਲਾ ਦਾ ਸ਼ੁਕਰ ਅਦਾ ਕਰੋ ਚੌਧਰੀ ਦੀ ਸੁਲਾ ਹੋ ਗਈ ਹਾਂ ਸੁਲਾ ਤੇ ਹੋ ਗਈ ਯਾਰ ਐ ਮਠਿਆਈਆਂ ਵੰਡੋ ਮਠਿਆਈਆਂ ਮਠਿਆਈਆਂ ਐ ਗੰਜੇ ਐ ਲੱਡੂ ਵੰਡੋ ਬੰਨਾ ਤੇ ਇੰਨੀ ਕਤਲੋ ਗਰਤ ਹੋਣੀ ਸੀ ਅੱਛਾ ਜੀ ਬੰਦੇ ਮਰ ਜਾਣੇ ਸੀ ਓ ਮੈਂ ਅੱਲਾ ਦਾ ਸ਼ੁਕਰ ਹੈ ਕਿ ਟਾਈਮ ਨਾਲ ਸੁਲਾ ਹੋ ਗਈ ਹੈ ਟਾਈਮ ਨਾਲ ਸੁਲਾ ਹੋ ਗਈ ਨਹੀਂ ਤਾਂ ਦੋਨਾਂ ਪਾਰਟੀਆਂ ਨੇ ਅਸਲਾ ਹੀ ਬਹੁਤ ਜਮਾ ਕੀਤਾ ਸੀ ਅਸਲਾ ਪਹਿਲੀਆਂ ਲੜਾਈਆਂ 'ਚ ਜਿੰਨੀ ਤੁਹਾਨੂੰ ਤੇ ਤੁਹਾਡੇ ਚੌਧਰੀਆਂ ਨੂੰ ਮਾਰ ਪਈ ਹੈ ਦੁਨੀਆ ਨੇ ਵੇਖਿਆ ਓਏ ਹੋਏ ਸਾਡੇ ਚੌਧਰੀ ਦੀ ਕੋਈ ਹਵਾਲ ਨਹੀਂ ਦੇਖ ਸਕਦਾ ਉਹ ਚਲੋ ਹਵਾਲ ਵੇਖ ਨਹੀਂ ਸਕਦਾ ਲੇਕਿਨ ਹੁਣ ਅੱਲਾ ਦਾ ਸ਼ੁਕਰ ਹੈ ਕਿ ਸੁਲਾ ਹੋ ਗਈ ਹੈ ਉਹ ਪਹਿਲੇ ਤਾਂ ਛੋਟੀ ਜੀ ਗੱਲ ਤੋਂ ਲੜ ਪੈਂਦੇ ਸੀ ਉਹ ਸਾਲੇ ਉਧਰ ਸੁਲਾ ਹੋ ਗਈ ਮੈਨੂੰ ਤਾਂ ਲੱਗਦਾ ਤੁਸੀਂ ਦੋਨੇ ਆਪਸ ਵਿੱਚ ਲੜਨਾ ਪੈਣਾ ਉਹ ਨਹੀਂ ਉਹ ਨਹੀਂ ਉਹ ਯਾਰ ਸੁਲਾ ਹੋ ਗਈ ਭਾਈ ਗੱਲ ਸੁਣੋ ਖੁਸ਼ੀ ਦੇ ਮੌਕੇ ਤੇ ਤੁਹਾਨੂੰ ਇੱਕ ਸ਼ੇਰ ਸੁਣਾਵਾਂ ਆਓ ਜਨਾਬ ਸਫਰ ਹੋਵੇ ਦੂਰ ਦਾ ਤੇ ਵਾਪਸ ਕਦੇ ਤੂੰ ਆਈ ਨਾ ਅੱਛਾ ਇਸ਼ਕ ਹੋਵੇ ਸੱਚਾ ਤੇ ਫਿਰ ਵਿਛੋੜੇ ਪਾਈ ਨਾ ਯਾ ਅੱਲਾ ਆਪਣੇ ਕੋਲੋਂ ਦਮੀ ਸ਼ਗਨ ਦੇ ਰਾਈਆਂ ਦੇ ਵਸ ਪਾਈ ਨਾ ਓ ਰਾਈਆਂ ਦੀ ਗੱਲ ਨਾ ਕਰ ਰਾਈ ਬੜੀ ਸ਼ਦਾਦੀ ਕੌਮ ਆ ਓ ਕਿਹੜੀ ਇਹਨਾਂ ਦੀ ਫ੍ਰਿਜ 'ਚ ਭਾਵ 20 ਕਿਲੋ ਗੋਸ਼ਤ ਪਿਆ ਹੋਵੇ ਰੋਟੀ ਇਹਨਾਂ ਨੇ ਫਿਰ ਗੰਡੇ ਨਾਲ ਹੀ ਖਾਣੀ ਆ ਇੱਕ ਹੋਰ ਸ਼ਦਾਦੀ ਕੌਮ ਹੈ ਓ ਕਿਹੜੀ ਜੱਟ ਅੱਛਾ ਓ ਕਿਉਂ ਤੇ ਕੁੱਟਣ ਲੱਗ ਪੈਂਦੇ ਰੱਜੇ ਹੁੰਦੇ ਲੁੱਟਣ ਲੱਗ ਪੈਂਦੇ ਨੇ ਇੱਕ ਹੋਰ ਸ਼ਦਾਦੀ ਕੌਮ ਹੈ ਕਿਹੜੀ ਆ ਸ਼ੇਖ ਸਾਹਿਬ ਅੱਛਾ ਜੀ ਹਾਂਜੀ ਇਹਨਾਂ ਸਾਡੇ ਮੁਹੱਲੇ ਸ਼ੇਖ ਸਾਹਿਬ ਰਹਿੰਦੇ ਇਹਨਾਂ ਦੇ ਘਰੋਂ ਬਿੱਲੀ ਰੋਂਦੀ ਹੋਈ ਨਿਕਲੀ ਹੋ ਜਾ ਮੈਂ ਕਿਹਾ ਬਿੱਲੀ ਆ ਖੈਰ ਤੇ ਆ ਕਹਿੰਦੀ ਅੱਜ ਇਹਨਾਂ ਨੇ ਮੈਨੂੰ ਵੀ ਚੋ ਲਿਆ ਇੱਕ ਹੋਰ ਸ਼ਦਾਦੀ ਕੌਮ ਹੈ ਉਹ ਕਿਹੜੀ ਰਾਣਾ ਸਾਹਿਬ ਹਾਂ ਪੈਸੇ ਖੀਸੇ 'ਚ ਹੋਣ ਨਾ ਹੁਣ ਲੱਠੇ ਦਾ ਸੂਟ ਲਾਜ਼ਮੀ ਪਾਣਾ ਇੱਕ ਹੋਰ ਸ਼ਦਾਦੀ ਕੌਮ ਹੈ ਗੁੱਜਰ ਅੱਛਾ ਜੀ ਬਹਾਦਰ ਕੌਮ ਹਾਂ ਅਸੀਂ ਗੁੱਜਰਾਂ ਦੇ ਕਹਿਣ ਤੇ ਇੱਕ ਜਗ੍ਹਾ ਤੇ ਲੜੇ ਹਾਂ ਬਾਅਦ 'ਚ ਵੱਡੇ ਗੁੱਜਰ ਨੂੰ ਕਿਹਾ ਜੀ ਸਾਨੂੰ ਕੁਝ ਲਾਓ ਉਹਨੇ ਪਿੱਛੇ ਸੰਡਾ ਹੀ ਲਾ ਦਿੱਤਾ ਇੱਕ ਹੋਰ ਸ਼ਦਾਦੀ ਕੌਮ ਹੈ ਪਠਾਨ ਅੱਛਾ ਜੀ ਇੱਕ ਪਠਾਨ ਸ਼ਰਾਬ ਪੀਂਦੇ ਰਹਿੰਦਾ ਜਾ ਰਿਹਾ ਮੈਂ ਕਿਹਾ ਖਾਨ ਸਾਹਿਬ ਕੀ ਹੋਇਆ ਮਾੜਾ ਜਿਸ ਲੜਕੀ ਕਾ ਬੋਲਣਾ ਚਾਹਤਾ ਉਸਕਾ ਨਾਮ ਯਾਦ ਨਹੀਂ ਆ ਰਿਹਾ ਪਿਓ ਦੀ ਵੀ ਸੁਣਿਆ ਕਰਨਾ ਕੌਲ ਖੜਾ ਉਹ ਮੈਂ ਕਿਹਾ ਸੈਰ ਉਹ ਮੈਂ ਕਿਹਾ ਹਾਂ ਉਹ ਖੁਸ਼ੀ ਦੇ ਮੌਕੇ ਤੇ ਅੱਛੀ ਗੱਲ ਕਰਨੀ ਚਾਹੀਦੀ ਸੀ ਸੈਰ ਕਰਨੀ ਹੂੰ ਆਹੋ ਲਿਆਉਣਾ ਵਾ ਮਸੀਤੋ ਮੰਜਾ ਅੱਛਾ ਜੀ ਬਹੁਤ ਗਾਲਾਂ ਹੈ ਤੂੰ ਹਾਂਜੀ ਹਾਂ ਹੋਰ ਕਰੋ ਓਏ ਚੌਧਰੀ ਸਾਹਿਬ ਨੇ ਨਾ ਸਖਤੀ ਨਾਲ ਮਨਾ ਕੀਤਾ ਹੈ ਅੱਛਾ ਇਹ ਪਿੰਡ 'ਚ ਕਿਸੇ ਕਿਸਮ ਦੀ ਕੋਈ ਤੱਕ ਕਾਮੀ ਨਹੀਂ ਹੋਣੀ ਚਾਹੀਦੀ ਅੱਛਾ ਜੀ ਹਾਂ ਪਹਿਲੇ ਤਾਂ ਭਾਵੇਂ ਮਾਮੂਲੀ ਗੱਲ ਤੋਂ ਲੜ ਪੈਂਦੇ ਸਨ ਇਹਨਾਂ ਦਾ ਕੁੱਤਾ ਉਹਨਾਂ ਦੇ ਬੂਹੇ ਅੱਗੇ ਬੈਠਾ ਬੰਦਾ ਮਾਰਤਾ ਆਹੋ ਹਾਲਾਂਕਿ ਤੂੰ ਉੱਧਰ ਪੈਂਦਾ ਹੀ ਨਹੀਂ ਸਰ ਆ ਬੜੇ ਨਸੀਬਾਂ ਵਾਲਾ ਹੀ ਉਹ ਕਿਵੇਂ ਇਹਨੂੰ ਕੂੜੇ 'ਚੋਂ ਵੀ ਸਹੀ ਜੂਸ ਲੱਭ ਜਾਂਦਾ ਆਪਣੀ ਬੁੱਢੀ ਨੂੰ ਕਹਿੰਦਾ ਮੈਂ ਹਕੂਮਤ ਮੈਂ ਉੱਥੇ ਤਾਂ ਹਕੂਮਤ ਬਦਲ ਦਿੱਤਾ ਕਹਿੰਦੀ ਸਾਲਿਆ ਸ਼ਲਵਾਰ ਬਦਲ ਮੇਰੀ ਪਾ ਕੇ ਫਿਰ ਰਹੇ ਆ ਹਾਂਜੀ ਐ ਨਹੀਂ ਸੁਣ ਲਵੋ ਸੁਣ ਕੇ ਲਿਆ ਕਰ ਗੱਲ ਹਾਂਜੀ ਸੁਣੋ ਐ ਨਹੀਂ ਸੁਣ ਲਵੋ ਇਹਦੀ ਇੱਕ ਭੈਣ ਦੌੜ ਗਈ ਇੱਕ ਦਾ ਨਿਕਾਹ ਕਰਦਾ ਮੈਂ ਕਿਹਾ ਇਹ ਕੀ ਕਹਿੰਦਾ ਕਭੀ ਖੁਸ਼ੀ ਕਭੀ ਗਮ ਗੰਦੇ ਗੱਲ ਹਾਂ ਤੇਰੇ ਮੂੰਹ ਤੋਂ ਲੱਗਦਾ ਹੈ ਹਾਂ ਤੇਰਾ ਜਿਹੋ ਜਿਹਾ ਮੂੰਹ ਹੋ ਗਿਆ ਹੈ ਨਾ ਅੱਛਾ ਤੂੰ ਰਕਸ਼ੇ ਵਾਲੇ ਨੂੰ ਨਾਮ ਹੀ ਦੱਸੇ ਉਹ ਅੰਦਾਜ਼ੇ ਨਾਲ ਹੀ ਯੂਨਾ ਬਾਲ ਲਾ ਆਉਂਦਾ ਉਹ ਕਹਿੰਦਾ ਮੂੰਹ ਹੀ ਇਹੋ ਜਿਹਾ ਹੋ ਗਿਆ ਆਪਣੇ ਵਿਆਹ ਦੇ ਆਪਣੀ ਬੁੱਢੀ ਨੂੰ ਸਾਰੇ ਘਰ ਕਾਦਾ ਰੋਲਾ ਪਾਇਆ ਤੁਸੀਂ ਓ ਆਇਆ ਆ ਸ਼ਹਜ਼ਾਦੇ ਸਲਾਮ ਕੀ ਹਾਲ ਹੈ ਸ਼ੀਰ ਸੁਬਾ ਸੁਬਾ ਸਾਡੇ ਘਰ ਆ ਕੇ ਖਾ ਪਾਈ ਤੁਹਾਨੂੰ ਨਹੀਂ ਪਤਾ ਚੌਂਕੀ ਦਾ ਘਰ ਹੈ ਉਹ ਮੈਂ ਕਿਹਾ ਚੌਂਕ 'ਚ ਸੁਲਾ ਦੇ ਰੋਲੇ ਪੈ ਸਨ ਇਸ ਲਈ ਆਏ ਓਏ ਸੁਲਾ ਸ਼ੁਕਰ ਕਰੋ ਚੋਈ ਸਾਹਿਬ ਮੰਨ ਗਏ ਨੇ ਨਹੀਂ ਤੇ ਚੋਈ ਸਾਹਿਬ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਬੜੇ ਅਥਰੇ ਚੋਈ ਸਾਹਿਬ ਹੈਗੇ ਨੇ ਅੱਛਾ ਦੱਸ ਕਿ ਤੁਸੀਂ ਸਾਡੇ ਘਰ ਆ ਕੇ ਸੁਬਾ ਸੁਬਾ ਕਾਦੀ ਖਾ ਪਾਈ ਚਲੋ ਆਪਣੇ ਆਪਣੇ ਕੰਮ ਤੇ ਪਹੁੰਚੋ ਚੋਈ ਸਾਹਿਬ ਤੇ ਉੱਠਣ ਦਾ ਟਾਈਮ ਹੋ ਗਿਆ ਕਹਿੰਦਾ ਮਠਿਆਈ ਖਵਾਓ ਮਠਿਆਈ ਮੈਂ ਕਿਹਾ ਆਰਡਰ ਦਿੱਤਾ ਏ ਆ ਜਾਂਦੀ ਹੁਣ ਮਠਿਆਈਓ ਹਾਂ ਓਏ ਪਤਾ ਨਹੀਂ ਕੀ ਕੀ ਚੱਲਣਾ ਹੈ ਸਾਂ ਤੇ ਆਪ ਨੂੰ ਅਜੇ ਕੁਝ ਨਹੀਂ ਮਿਲਿਆ ਅੱਛਾ ਜੀ ਚਲੋ ਤੁਸੀਂ ਪਹੁੰਚੋ ਆਪਣੇ ਆਪਣੇ ਕੰਮ ਤੇ ਬੇਫਿਕਰ ਹੋ ਜਾਓ ਪਹੁੰਚ ਜਾਈਏ ਫਿਰ ਪਹੁੰਚ ਜਾਓ ਲਓ ਫਿਰ ਮਿਹਰਬਾਨੀ ਉੱਥੇ ਪਹੁੰਚਾ ਕੇ ਮਾਰਨਾ ਪਵਾ ਦੇਣਾ ਉਹ ਨਾਲ ਪਹੁੰਚਣ ਨੂੰ ਪੈਂਦੀ ਸ਼ਹਜ਼ਾਦੇ ਬੇਫਿਕਰ ਹੋ ਜਾ ਇੰਨੇ ਬੰਦੇ ਸੁਬਾ ਸੁਬਾ ਘਰ ਚ ਇਕੱਠੇ ਕਰ ਰਹੇ ਤੈਨੂੰ ਪਤਾ ਚੋਈ ਸਾਹਿਬ ਤੇ ਉੱਠਣ ਦਾ ਟਾਈਮ ਹੋ ਰਿਹਾ ਉਹ ਸਾਡਾ ਚੌਧਰੀ ਵੀ ਆ ਰਿਹਾ ਈ ਓਏ ਓਏ ਆ ਜਵੇ ਤੇਰਾ ਚੌਧਰੀ ਉਹ ਤੂੰ ਵੇਖੀ ਸਹੀ ਓਏ ਉਹ ਸਾਡਾ ਚੌਧਰੀ ਆਏਗਾ ਓਏ ਅਸੀਂ ਤੈਨੂੰ ਆਪਣਾ ਚੌਰੀ ਵਿਖਾਈਏ ਤੈਨੂੰ ਪਤਾ ਲੱਗੇ ਚੌਰੀ ਹੁੰਦਾ ਕੀ ਏ ਤੂੰ ਦੇਖ ਕੇ ਪਰੇਸ਼ਾਨ ਹੋ ਜਵੇਂ ਚੌਧਰੀ ਨੂੰ ਤੁਹਾਡਾ ਚੌਰੀ ਹੈ ਹੀ ਛੋਟਾ ਸਾਡਾ ਚੌਧਰੀ ਹੈ ਹੀ ਤਗੜਾ ਅਖ ਲਾਣਤ ਤੇਰੇ ਤੇ ਤੁਹਾਡਾ ਕਿਹੜਾ ਚੌਧਰੀ ਏ ਉਹ ਚਾਲੋ ਬੇਤੁਕੇ ਮੂੰਹ ਵਾਲਿਆ ਤੁਹਾਡਾ ਚੌਧਰੀ ਵੇਖਿਆ ਮੈਂ ਚੌਧਰੀ ਪਿੰਡਾਂ ਦੀ ਪਾ ਕੇ ਸਾਡੇ ਚੌਧਰੀ ਦੇ ਸਿਰ ਤੇ ਜੋ ਸਾਡਾ ਚੌਧਰੀ ਆਏਗਾ ਨਾ ਤੁਹਾਡੇ ਚੌਧਰੀ ਦੇ 24 ਪਿੰਡਾਂ ਦੀ
ਉਹ ਚੀਕੇ ਆ ਚੋ ਆ ਗਿਆ ਮੇਰਾ ਚੌਧਰੀ ਆ ਕੌਣ ਹੈ ਸਵੇਰ ਸਵੇਰ ਸਾਡੇ ਘਰ ਦੇ ਬਾਹਰ ਉੱਚੀ ਆਵਾਜ਼ ਗੱਲ ਕਰ ਰਿਹਾ ਚੌਧਰੀ ਇਹ ਬੋਲਦੇ ਪੈਣ ਦੋ ਜਿਹੜੇ ਇਹ ਦੇਖ ਇਹ ਦੇਖ ਜ਼ਾਤ ਦੇ ਕਾਮੀ ਤੇ ਚੌਧਰੀ ਦੇ ਬੂਏ ਵੇਖ ਲੋ ਕੇ ਸ਼ੋਰ ਪਾਉਂਦੇ ਆ ਹਾਂ ਜ਼ਾਤ ਦੇ ਤੁਸੀਂ ਕੀ ਕਹੇ ਚੌਧਰੀ ਸਾਹਿਬ ਤੁਸੀਂ ਜ਼ਾਤ ਦੇ ਕਾਮੀ ਓਏ ਅੱਲਾ ਦਾ ਸ਼ੁਕਰ ਅਦਾ ਕਰੋ ਤੁਹਾਡਾ ਸੁਣਾ ਹੋ ਗਈ ਜਿਹੜਾ ਧਾਣਾ ਲੱਥ ਜਾਂਦੀਆਂ ਸਨ ਤੁਹਾਡੀਆਂ ਧਾਣਾ ਨਾਲ ਲਾਲ ਸੁਭਾ ਦੀ ਭੁੱਖ ਲੱਗੀ ਕੁਛ ਉਹਦਾ ਸੋਚ ਧਾਣਾ ਲਾਈ ਜਾ ਇੱਕ ਮਿੰਟ ਇਹ ਮੈਂ ਕਹੇ ਚੋਈ ਸਾਹਿਬ ਜ਼ਰਾ ਬਾਹਰ ਤੇ ਆਓ ਓ ਭਾਈ ਗੰਗ ਮੈਂ ਜੀ ਆ ਤੁਸੀਂ ਓ ਪੁੱਤਰਾ ਪਾਵੇ ਖਾਦਾ ਹੀ ਓਏ ਲੱਖ ਲਾਨ ਤੇਰੇ ਤੇ ਓਏ ਸੁਣ ਲਓ ਗੱਲ ਮੇਰੀ ਇਹ ਜਿਹੜੇ ਸਾਡੇ ਚੌਧਰੀ ਨੇ ਨਾ ਇਹਨਾਂ ਦਾ ਹੀ ਰਾਜ ਰਹਿਣਾ ਜੇ ਇੱਥੇ ਇਹਨਾਂ ਦੇ ਨਾਂ ਰਹਿਣਾ ਜੇ ਸ਼ੁਕਰ ਕਰੋ ਤੁਹਾਡਾ ਸੁਲਾ ਗਈ ਹੈ ਨਹੀਂ ਤੇ ਇੱਥੇ ਖੂਨ ਦੀ ਤਤੀਰੀਆਂ ਹੀ ਆਣੀਆਂ ਸੀ ਬੱਲੋ ਓਏ ਖੂਨ ਦੀ ਤਤੀਰੀਆਂ ਸਾਡੇ ਇੱਥੇ ਕਿਹੜੀਆਂ ਨਵੀਆਂ ਦੱਸ ਆ ਜਿਹੜੀ ਤਤੀਰੀ ਕੱਢੀ ਖੂਨ ਦੀ ਓਏ ਹਾਏ ਹਾਏ ਦੱਸ ਮੈਂ ਕੀ ਦੱਸਾਂ ਦੱਸ ਓਏ ਕੀ ਦੱਸਾਂ ਦੱਸ ਉਹ ਮੇਰੀ ਜ਼ੁਬਾਨ ਤੇ ਛਾਲਾ ਨਿਕਲਿਆ ਖੂਨ ਦੀ ਤਤੀਰੀ ਕਹਿ ਰਿਹਾ ਦੱਸ ਬੜਾ ਬੜਾ ਇਨਸਾਫ ਕੀਤਾ ਇਹਨੇ ਮੇਰੇ ਚੋ ਖੂਨ ਦੀ ਤਤੀਰੀ ਦੱਸ ਉਹ ਤਤੀਰੀ ਤੇ ਸਾਡਾ ਜਗਾ ਵੀ ਦੱਸ ਜਿੱਥੋਂ ਨਿਕਲੀ ਛੇਤੀ ਦੱਸ ਓਏ ਓਏ ਉਹ ਘਰੇਲੂ ਗੱਲਾਂ ਮਾਰਦੇ ਕਿ ਨਾਸਾ ਜੋ ਨਿਕਲੀ ਏ ਕਿੱਥੋਂ ਨਿਕਲੀ ਏ ਲੱਖ ਜੋ ਇਹਨੂੰ ਦੱਸ ਸਾਡਾ ਇਨਸਾਫ ਦੱਸ ਇਹਨੂੰ ਬਹਾਦਰ ਇਨਸਾਨ ਨੇ ਬੜੇ ਬੜੇ ਇਨਸਾਫ ਕੀਤੇ ਮੇਰੇ ਚੌਧਰੀ ਨੇ ਇਨਸਾਫ ਹਾਂ ਹਾਂ ਪਿੰਡ 'ਚ ਕੁੜੀ ਚੁੱਕੀ ਗਈ ਅੱਛਾ ਪਿੰਡ ਵਾਲੇ ਇਕੱਠੇ ਹੋ ਗਏ ਚੌਧਰੀ ਸਾਹਿਬ ਦੇ ਕੋਲ ਆ ਗਏ ਵਾਹ ਵਾਹ ਕਹਿੰਦੇ ਚੌਧਰੀ ਸਾਹਿਬ ਸਾਡੀ ਕੁੜੀ ਚੁੱਕੀ ਗਈ ਕੋਈ ਇਨਸਾਫ ਕਰੋ ਅੱਛਾ ਕਹਿੰਦੇ ਜਿੰਨੀ ਦੇਰ ਤੱਕ ਤੁਹਾਡੀ ਕੁੜੀ ਨਹੀਂ ਆਉਂਦੀ ਤੁਸੀਂ ਸਾਡੀ ਮੇਰੀ ਕੁੜੀ ਲੈ ਜਾਓ ਕਿੰਨੀਆਂ ਗੱਲਾਂ ਕਰਦੇ ਨੇ ਇੱਕ ਬੰਦਾ ਕਹਿੰਦਾ ਮਾਂ ਕੈਸੀ ਹਸਤੀ ਹੈ ਕਹਿੰਦੇ ਐਸੀ ਹਸਤੀ ਬੁੱਢਾ ਚੌਧਰੀ ਨਹੀਂ ਫਿਰਨਾ ਪੁੱਛੇ ਓਏ ਮੇਰੀ ਗੱਲ ਸੁਣ ਓਏ ਓਏ ਕੀ ਗੱਲ ਸੁਣਾ ਆ ਵੀ ਤੇ ਸਹੀ ਕੋਈ ਗੱਲ ਓਏ ਰੱਬ ਦਾ ਸ਼ੁਕਰ ਅਦਾ ਕਰੋ ਸਾਡੇ ਚੌਧਰੀ ਬੱਡਾ ਚੌਧਰੀ ਵੇਖੋ ਨੇਛਾ ਹੀ ਪੈਂਟ ਡਿੱਗ ਪਈ ਪੈਂਟ ਨਹੀਂ ਚੁੱਕੀ ਉੱਤੇ ਮੂੰਹ ਕਰਕੇ ਕਹਿੰਦੇ ਯਾਦ ਕਰਨ ਵਾਲੇ ਅੱਜ ਤੇ ਖੀਰ ਹੀ ਕੀਤੀ ਓਏ ਸਾਡੇ ਚੌਧਰੀ ਨੇ ਕਿਹਾ ਚੌਧਰੀ ਹਾਂ ਹੁਸ਼ ਹਾਂ ਹਾਂ ਸਾਲੇ ਤੂੰ ਮੇਰੇ ਓਏ ਰੱਬ ਦਾ ਸ਼ੁਕਰ ਅਦਾ ਕਰੋ ਸਾਡੇ ਚੌਧਰੀ ਦਿਲ ਚ ਰਹਿਮ ਆ ਗਿਆ ਅਸੀਂ ਤੁਹਾਨੂੰ ਸੁਲਾ ਸਫਾਈ ਕਰ ਲਈ ਜੇ ਉਹ ਸਾਡੇ ਚੌਧਰੀਆਂ ਦੇ ਦਿਲ 'ਚ ਰਹਿਮ ਆਇਆ ਹੈ ਤੁਹਾਡੇ ਚੌਧਰੀਆਂ ਦੇ ਮੂੰਹ ਹੈ ਰਹਿਮ ਵਾਲੇ ਓਏ ਉਹ ਲੜਾਈ ਝਗੜੇ ਵਾਲੀ ਗੱਲ ਨਾ ਕਰਨਾ ਵਰਨਾ ਗੱਲ ਬਰਦਾਸ਼ਤ ਤੋਂ ਬਾਹਰ ਜੇ ਜਿਹੜੀ ਸੁਲਾ ਆ ਗਈ ਸੁਲਾ ਰਹਿਣ ਦੇ ਬਲਾ ਬਰੇ ਚੌਧਰੀਆਂ ਨੂੰ ਓਏ ਸਾਡਾ ਚੌਧਰੀ ਆਪਣੀ ਆਜ ਤੇ ਆਏਗਾ ਤੁਸੀਂ ਗੱਲ ਯਾਦ ਰੱਖੋ ਸਾਡੇ ਬੂਏ ਅਗੇ ਕਿਸੇ ਨੇ ਉੱਚੀ ਆਵਾਜ਼ 'ਚ ਗੱਲ ਕੀਤੀ ਸਾਡੇ ਬੰਦੇ ਪੂਰੀ ਪਾ ਕੇ ਤੱਕਿਆ ਉਹ ਤੁਹਾਡੇ ਬੂਏ ਤੇ ਮੈਂ ਉੱਚੀ ਆਵਾਜ਼ ਕਰੀ ਤੁਹਾਡੇ ਨੇ ਦਿਲ ਦੇ ਮਰੀਜ਼ ਪਏ ਉੱਚੀ ਆਵਾਜ਼ ਨਾਲ ਗੱਲ ਕਰੀਏ ਮੱਲਾ ਸਾਵਾਂ ਨਾਲ ਜਿਵੇਂ ਮਰਜ਼ੀ ਗੱਲ ਕਰ ਸਕਨੇ ਅਸੀਂ ਸੋਣਿਆ ਆ ਸੋਣਾ ਦੇ ਤੂੰ ਏ ਉਹ ਬਗੈਰ ਤਾਂ ਹਾਥੀ ਦਾ ਹੱਥ ਹੋ ਤੂੰ ਸਾਡੇ ਚੌਧ ਹੱਥ ਲਾਤਾ ਇਹਨੂੰ ਮੂੰਹ ਲਾ ਐਟਮ ਵੀ ਮੂੰਹ ਵਾਲੀ ਏ ਉੱਤੋਂ ਦੇਖੋ ਦੋਵੇਂ ਪਹਿਲਵਾਨ ਹੈ ਕਿਵੇਂ ਦੋਵੇਂ ਗੱਲਾਂ ਨਹੀਂ ਚੱਲਦੀਆਂ ਤੇ ਬਦਮਾਸ਼ ਬਣੇ ਨੇ ਇਹ ਸਾਡਾ ਗਾਰਡ ਵੇਖ ਲਓ ਬਸ ਦਾ ਹਾਕਰ ਹੁੰਦਾ ਇਹ ਪਿੰਡੀਆਂ ਇਹ ਪਿੰਡੀਆਂ ਉਹ ਸਾਫੇ ਵਾਲਾ ਆਪਣੇ ਸਾਰਿਆਂ ਦੇ ਪਿੰਡ ਪਹਿਲੀ ਦਫਾ ਗਿਆ ਉੱਥੇ ਬੰਦੇ ਨੂੰ ਪੁੱਛਦਾ ਭਾਜੀ ਇੱਥੇ ਦੀ ਕੋਈ ਮਸ਼ਹੂਰ ਚੀਜ਼ ਉਹ ਬੰਦਾ ਸਿਆਣਾ ਸੀ ਕਹਿੰਦਾ ਭਾਜੀ ਕਿਹੜੀ ਮਸ਼ਹੂਰ ਸੀ ਤੁਸੀਂ ਵਿਆਹ ਕੇ ਲੈ ਗਏ ਹੋ ਅੰਨੀ ਜੇ ਤੂੰ ਬੜਾ ਸਿਆਣਾ ਸਰਦਾਰ ਮੱਛੀ ਇਹਨਾਂ ਨੇ 20 ਕਿਲੋ ਮੱਛੀ ਕੜਾਈ 'ਚ ਤਲਣਾ ਸੀ ਸੁੱਟੀ ਵਿੱਚ ਕੁੰਡੀ ਸੁੱਟ ਕੇ ਖਲੋ ਗਿਆ ਅੰਨੀ ਦੇ ਬੱਚਿਆ ਰਾਵੀ ਤਾਂ ਜਾਤ ਰੱਜ ਡੋਲਾ ਆਵੇ ਨਿਓਲੇ ਦੇ ਮੂੰਹ ਵਾਲੇ ਆ ਤੂੰ ਕਿਹ ਮੂੰਹ ਵਾਲਿਆ ਇਹਦੀ ਬੁੱਢੀ ਗਵਾਚ ਗਈ ਦੌੜਾ ਦੌੜਾ ਮੇਰੇ ਕੋਲ ਆਇਆ ਕਹਿੰਦਾ ਯਾਰ ਮੇਰੀ ਬੁੱਢੀ ਗਵਾਚ ਗਈ ਮੈਂ ਕਿਹਾ ਪੁਲਿਸ ਸਟੇਸ਼ਨ ਜਾ ਕਹਿੰਦਾ ਨਹੀਂ ਮੇਰੀ ਮੋਟਰਸਾਈਕਲ ਵੀ ਗਵਾਚੀ ਸੀ ਉਹਨਾਂ ਨੇ 3 ਮਹੀਨੇ ਚਲਾ ਕੇ ਵਾਪਸ ਕੀਤੀ ਹਾਂਜੀ 3 ਮਹੀਨੇ ਲੱਖ ਲਾਣਾ ਤੇਰੇ ਤੇ ਅੰਨੀ ਮਾਂ ਦੇ ਆ ਬੱਚਿਆ ਤੇਰੇ ਤੇ ਲਾਣਾ ਤੇ ਬੇਸ਼ਮਾਰ 1122 ਤੇ ਫੋਨ ਕਰਕੇ ਕਹਿੰਦਾ ਮੈਨੂੰ ਲੱਭ ਲਓ ਓਏ ਗੱਲ ਸੁਣੋ ਮੋਟਰਸਾਈਕਲ ਤੇ ਜਾ ਰਿਹਾ ਪੁਲਿਸ ਵਾਲੇ ਕਹਿੰਦੇ ਕਾਪੀ ਚੈੱਕ ਕਰਾ ਕਹਿੰਦਾ ਉਹਦੇ ਭੈਣ ਦੇ ਵਿਆਹ ਤੇ ਸਿਰਦੀ ਸੀ ਹਾਂਜੀ ਇਹਨੇ ਸੁਹਾਗ ਰਾਤ ਨੂੰ ਆਪਣੀ ਬੁੱਢੀ ਦਾ ਪਾਣੀ ਡੋਲਤਾ ਮੈਂ ਕਿਹਾ ਕੀ ਕੀਤਾ ਕਹਿੰਦਾ ਮਾਲ ਨੂੰ ਤਾਜ਼ਾ ਕੀਤਾ ਹੈ ਓਏ ਗੱਲ ਸੁਣੋ ਓਏ ਸਾਡੀ ਵੱਡੀ ਚੌਧਰਾਣੀ ਬਾਹਰੋਂ ਪੜ ਕੇ ਆ ਰਹੀ ਹੈ ਅੱਛਾ ਉਹਦੇ ਆਉਣ ਦੀ ਮੈਂ ਤੇ ਇੱਥੇ ਕੋਈ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਇਹ ਤੁਹਾਡੀਆਂ ਮੁੱਛਾਂ ਜਾਂ ਤੁਹਾਡੇ ਪਿਓ ਨੇ ਸਹਿਣ ਕੀਤੇ ਕਿ ਤੂੰ ਮੇਰਾ ਨਹੀਂ ਨਹੀਂ ਲੱਖ ਲਾਣ ਤੇਰੇ ਤੇ ਏਡੀਆਂ ਅੱਛੀਆਂ ਲੱਗਣੀਆਂ ਉਹਨੂੰ ਮੁੱਛਾਂ ਇਹ ਲੱਗਦਾ ਨਹੀਂ ਕੁੱਤੇ ਦੇ ਮੂੰਹ 'ਚ ਬੋਕਰ ਆਈ ਵੈਸੇ ਗੱਲ ਕੀਤੀ ਆ ਹੀ ਨਹੀਂ ਸਕਦੀ ਕੁੱਤੇ ਨੇ ਤੇ ਬੰਦੂਕ ਫੜੀ ਹਾਂਜੀ ਸਹੀ ਗੱਲ ਹੈ ਫੜ ਆਪਣੀ ਬੰਦੂਕ ਲਓ ਜੀ
ਤੁਹਾਡਾ ਕੁੱਤੇ ਦਾ ਬਦਲਾ ਲੱਗ ਗਿਆ ਵੈਸੇ ਲੱਗ ਗਿਆ ਬਣਾਲ ਤੁਹਾਨੂੰ ਸਿਰਫ ਇੰਨਾ ਦੱਸਦਾ ਸੀ ਸ਼ੁਕਰ ਇਹ ਕਰੋ ਸੁਲਾ ਹੋ ਗਈ ਨਹੀਂ ਤੇ ਬੰਦੇ ਮਰ ਜਾਣੇ ਸੀ ਤੁਹਾਨੂੰ ਪਤਾ ਓਏ ਨਸਲਾਂ ਮੁੱਕ ਜਾਣੇ ਸਨ ਨਸਲਾਂ ਮੁੱਕ ਜਾਣੇ ਟੋਟੇ ਹੋ ਜਾਣੇ ਸੀ ਹਾਂ ਬਹਾਲ ਤੁਹਾਨੂੰ ਦੱਸਦੇ ਸਾਡੀ ਵੱਡੀ ਬੀਬੀ ਬਾਹਰੋਂ ਪੜ ਕੇ ਆ ਰਹੀ ਹੈ ਤੇ ਉਹਦੇ ਆਉਣ ਦੇ ਬਾਅਦ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵੱਡੀ ਬੀਬੀ ਤੁਹਾਡੀ ਹਾਂਜੀ ਕਿੱਡੀ ਮੈਂ ਜਾਣਾ ਏਅਰਪੋਰਟ ਲੈਣਾ ਸੀ ਉਹਨਾਂ ਨੂੰ ਕਿੱਡੀ ਕਿ ਵੱਡੀ ਕਿੱਡੀ ਕਿ ਸੁਣਿਆ ਉਹ ਚੋਈ ਸਾਹਿਬ ਆ ਚੌਧਰੀ ਸਾਹਿਬ ਇੱਥੇ ਮਰ ਗਏ ਓਏ ਇੱਥੇ ਹੀ ਚੋਈ ਸਾਹਿਬ ਆ 24 ਘੰਟੇ ਆ ਵੀ ਗੱਲਾਂ ਹੀ ਵਧਾਈ ਜਾਂਦੇ ਨੇ ਉਹਨਾਂ ਦਾ ਜਵਾਬ ਦੇਣ ਦੇ ਸਾ ਓਏ ਕੀ ਕਹਿੰਦੇ ਹੋ ਤੁਸੀਂ ਚੌਧਰੀ ਸਾਹਿਬ ਕਹਿਣਾ ਸਿਰਫ ਇਹਨਾਂ ਸੀ ਕਿ ਸਾਡੇ ਵੱਡੇ ਸਾਹਿਬ ਦੀ ਬੀਬੀ ਸ਼ਹਿਰੋਂ ਪੜ ਕੇ ਆ ਰਹੀ ਹੈ ਉਹਦੇ ਆਉਣ ਦੀ ਵਜ੍ਹਾ ਤੋਂ ਇੱਥੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਓਏ ਗੱਲ ਸੁਣ ਅਸੀਂ ਵੀ ਚੌਧਰੀਆਂ ਕੋਈ ਕਮੀ ਨਹੀਂ ਇੱਥੇ ਕੋਈ ਗੜਬੜ ਨਹੀਂ ਹੋਣੀ ਆਏ ਨਾ ਕੋਈ ਗੜਬੜ ਹੋਵੇ ਤਾਂ ਸਾਡੀ ਸੁਲਾ ਹੋਈ ਫੇਰ ਦੁਬਾਰਾ ਜੰਗ 'ਚ ਬਦਲ ਜਾਏ ਓਏ ਅਸੀਂ ਆਪ ਧੀਆਂ ਪੈਣਾ ਲਿਆ ਜਾਓ ਕੁੜੀ ਪੜ ਕੇ ਆ ਰਹੀ ਕੁੜੀ ਪੜ ਕੇ ਆ ਰਹੀ ਕੁੜੀ ਪੜ ਕੇ ਆ ਰਹੀ ਸਾਡੇ ਛੋੜ ਦੇ ਮੁੰਡਾ ਵੀ ਕੰਨਿਆਂ ਦਾ ਕਮਾਦ ਵੱਢ ਕੇ ਆ ਰਹੇ ਆ ਹਾਂ ਗੱਲ ਤੇ ਕਰੀਏ ਨਾ ਓਏ ਜਾਓ ਏ ਕੰਮ ਕਰੋ ਆਪਣਾ ਆ ਚੱਲੀਏ ਚੱਲੀਏ ਗੜਰ ਗਏ ਏਅਰਪੋਰਟ ਤੋਂ ਤੁਸੀਂ ਵੀ ਜ਼ਰਾ ਵੇਲੀ ਦਾ ਧਿਆਨ ਰੱਖਿਆ ਕਰੋ ਵੇਲੀ ਦਾ ਧਿਆਨ ਰੱਖੀਏ ਵੇਲੀ ਮਿੱਟੀ ਖਾਂਦੀ ਵੇਲੀ ਦਾ ਧਿਆਨ ਰੱਖੀਏ ਓਏ ਲੱਤਾਂ ਘੁੱਟ ਓਏ ਲੱਤਾਂ ਘੁੱਟ ਓਏ 24 ਘੰਟੇ ਤੁਹਾਨੂੰ ਘੁੱਟੀ ਜਾਈਏ ਇੱਥੇ ਨਾ ਖਾਣ ਨੂੰ ਕੁਝ ਦਿੰਦੇ ਹੋ ਨਾ ਪੀਣ ਨੂੰ ਦਿੰਦੇ ਹੋ ਘੁੱਟੀ ਜਾਈਏ ਥੋੜਾ ਉੱਤੇ ਹੋ ਥੋੜਾ ਉੱਤੇ ਹੋ ਇੰਜ ਜ਼ਿਆਦਾ ਦੇਰ ਨਹੀਂ ਪਈ ਤਾਂ ਥੱਲੋਂ ਸਿਮ ਵੀ ਨਿਕਲ ਜਾਂਦੀ ਏ ਹਾਂਜੀ ਉੱਤੇ ਹੋ ਹਾਂਜੀ ਓ ਸਹੀ ਘੁੱਟ ਓਏ ਅੱਛਾ ਜੀ ਲੰਮੇ ਪੈ ਜਾਓ ਜੋਈ ਸਾਹਿਬ ਥੋੜਾ ਉੱਤੇ ਹੋ ਡੱਬੇ ਲਿਆ ਲਿਆ ਕਿਸੀ ਫਾਵੇ ਹੋ ਗਿਆ ਮੱਝਾਂ ਪਤਾ ਨੀ ਕਿਹੜੀਆਂ ਰੱਖੀਆਂ ਕੋਈ ਕੰਮ ਕਾਜ ਕਰੋ ਉਹ ਤੂੜੀ ਲੈਣ ਭੇਜੋ ਉਹ ਚੋ ਵੀ ਪੈਸੇ ਖਾ ਜਾਂਦੇ ਤੂੜੀ ਕੱਟਿਆ ਲਿਆਈਏ ਜਿੰਨੀ ਲਿਆਉਂਦੇ ਅਸੀਂ ਤੁਸੀਂ ਖਾ ਜਾਂਦੇ ਹੋ ਓਏ ਮੈਂ ਸੰਡਾ ਮੈਂ ਸੰਡਾ ਸੰਡੇ ਤੋਂ ਘੱਟ ਲੱਗਣ ਦਿਓ ਤੁਸੀਂ ਕਿੱਡਾ ਕੱਦ ਤੁਹਾਡਾ ਰੁਕ ਜਾ ਉੱਤਰ ਆਪਾਂ ਤੋਂ ਛਿੱਤਰ ਖਾ ਕੇ ਮਰੋਗੇ ਖਰਾਬ ਨੇ ਓਏ ਆ ਗਈ ਉਹਨਾਂ ਦੇ ਲਾਮੇ ਨਹੀਂ ਮੁੱਕਣ ਦੇ ਤੇਰੇ ਮੁੰਡਿਆਂ ਦੇ ਲਾਮੇ ਕੀ ਇਸ਼ਕ ਦਾ ਜਵਾਬ ਕੀ ਹੋਇਆ ਪਾਗਲ ਹੋ ਗਿਆ ਵੇ ਕਹਿੰਦਾ ਮੈਂ ਕੋਈ ਪਿੰਡ ਦੀ ਕੁੜੀ ਨਹੀਂ ਛੱਡਦੀ ਹੈ ਓਏ ਉਧਰ ਉਹ ਚੌਧਰੀ ਦੀ ਧੀ ਪੜ ਕੇ ਆ ਰਹੀ ਸ਼ਹਿਰੋਂ ਮਸਾ ਮਸਾ ਇਹਨਾਂ ਨਾਲ ਸੁਲਾ ਹੋਈ ਏ ਇਹ ਮੁੰਡਿਆਂ ਨੇ ਪਤਾ ਨਹੀਂ ਕੀ ਤਮਾਸ਼ੇ ਲਾਏ ਇਹ ਮੈਨੂੰ ਲੱਗਦਾ ਫੇਰ ਕੋ ਚੰਨ ਚੜਾਣਗੇ ਲਾਂਤੀ ਹੈ ਗੰਦੇ ਖਾਨਦਾਨ ਦੇ ਉਹ ਉਹਨਾਂ ਦੇ ਮੁੰਡੇ ਨਾ ਗੰਨਾ ਫੜ ਕੇ ਆਏ ਸਨ ਕਿਨਾਂ ਦੇ ਓਕੇ ਉਹ ਚੌਧਰੀ ਦੇ ਉਹ ਆ ਕੇ ਕਹਿੰਦੇ ਨੇ ਸਾਡੀ ਕੁੜੀ ਸ਼ਹਿਰੋਂ ਪੜ ਕੇ ਆਂਡੇ ਹੀ ਤੇ ਭਾਵੇਂ ਪੜ ਕੇ ਆਵੇ ਮੇਰੇ ਮੁੰਡੇ ਕੀ ਲੱਲੂ ਨੇ ਓਏ ਗੱਲ ਛੜ ਮੇਰੀ ਇਹਨਾਂ ਨੂੰ ਸੰਭਾਲ ਕੇ ਰੱਖ ਕੀ ਇਹ ਸਾਰੇ ਪਿੰਡ ਚੋਂ ਸ਼ਿਕਾਇਤਾਂ ਆਂਡੀਆਂ ਉਹਨਾਂ ਦੀਆਂ ਆਂਡੀਆਂ ਦੀ ਸ਼ਿਕਾਇਤਾਂ ਤੂੰ ਉਹਨਾਂ ਦੀ ਧੀਆਂ ਦੀ ਤਰੀਫਾ ਕਰ ਮੇਰੇ ਮੁੰਡਿਆਂ ਨੂੰ ਨਾ ਲੀਆਂ ਓ ਜਾ ਕੰਮ ਕਰ ਮੇਰੀ ਔਲਾਦ ਖਰਾਬ ਕਰਦੀ ਹੂੰ ਮੈਂ ਖਰਾਬ ਕੀਤੀ ਹੈ ਹੋਰ ਕਿਨੇ ਕੀਤੀ ਆ ਮੇਰੇ ਜੋ ਵੀ ਕੀਤਾ ਮੇਰੇ ਦੋਵੇਂ ਪੁੱਤਰ ਨੇ ਮੇਰੇ ਪੁੱਤਰਾਂ ਦੇ ਬਾਅਦ ਕਿਸੇ ਨੇ ਗੱਲ ਕੀਤੀ ਮੱਲਾ ਤਾਂ ਮੇਰੀ ਜ਼ਿੰਦਗੀ ਤਬਾਹ ਹੋ ਗਈ ਹੈ ਤੂੰ ਮੇਰਾ ਪਿਓ ਨਾ ਹੁੰਦਾ ਮੈਂ ਪੰਨ ਵਾਲਾ ਬਣਾ ਲੈਂਦਾ ਤੇਰੇ ਪੱਲੇ ਕੀ ਰਹਿਣਾ ਸੀ
ਪਿਓ ਜਮਿਆ ਤੂੰ ਬਹਾਨਾ ਲਾ ਦਿੰਦੀ ਤੂੰ
ਆਪਣੀ ਮਰਜ਼ੀ ਨਾਲ ਵਿਆਹ ਕਰਾਂਗੇ ਚੌਧਰੀ ਅਸੀਂ ਹੋਰ ਕੀ ਆ ਕਿਹੜੇ ਚੌਧਰੀ ਚੌਧਰੀਆਂ ਜ਼ਮੀਨਾਂ ਹੁੰਦੀਆਂ ਸਾਡੇ ਕੋਲ ਲਾਣ ਕਰੀਮਾ ਵੀ ਨਹੀਂ ਹੈ ਮੰਜੀ ਤੋਂ ਪੈਰ ਲਾ ਥੱਲੇ ਜ਼ਮੀਨ ਮੁੱਕ ਜਾਂਦੇ ਅਸੀਂ ਚੌਧਰੀ ਆ ਉਹ ਵੇਲੇ ਕੋਈ ਕੰਮ ਕਰੋ ਤੇ ਕਾਹਦੇ ਚੌਧਰੀ ਚ ਕੰਮ ਕਰੀਏ ਅਸੀਂ ਫਿਰ ਚੌਧਰੀ ਨਾਲ ਕੰਮ ਕਰੀਏ ਬਾਹਰ ਤੇਰੇ ਸਦਕੇ ਜਾਵਾਂ ਹੈ ਚੌਧਰੀਆਂ ਦੇ ਮੁੰਡੇ ਤੇ ਲੋਕਾਂ ਦੇ ਟੱਗੇ ਹੱਕ ਕੇ ਅਸੀਂ ਪੈਸੇ ਲੈ ਕੇ ਆਉਂਦੇ ਕਿਸੇ ਦੀ ਕਣਕ ਵੱਢ ਕੇ ਅਸੀਂ ਪੈਸੇ ਲੈ ਕੇ ਆਉਂਦੇ ਹੈ ਅਸੀਂ ਚੌਧਰੀ ਬਾਹਰ ਤੇਰੇ ਚੌਧਰੀ ਆ ਪੁੱਤਰਾ ਤੁਹਾਡੇ ਵਿਆਹ ਵੀ ਕਰ ਦਿਆਂਗੇ ਤੁਹਾਨੂੰ ਪ੍ਰੋਬਲਮ ਕੀ ਹੈ ਉਹ ਮੈਨੂੰ ਦੱਸੋ ਉਤੋਂ ਅੱਲਾ ਅੱਲਾ ਕਰਕੇ ਉਹਨਾਂ ਨਾਲ ਸੁਲਾ ਹੋਈ ਅਗਲੇ ਏਡੇ ਸਖਤ ਨੇ ਉਹ ਸਾਡੇ ਅਸੀਂ ਅਸਲਾ ਇਕੱਠਾ ਕਰੀ ਜਾਣ ਡੈ ਉਹਨਾਂ ਦੀ ਕੁੜੀ ਆ ਰਹੀ ਸ਼ਹਿਰੋਂ ਪੜ ਕੇ ਸਾਡੀ ਆ ਰਹੀ ਉਹਨਾਂ ਦੀ ਨਹੀਂ ਆ ਰਹੀ ਚਰਸੀਆ ਉਹ ਚੌਧਰੀਆਂ ਦੇ ਮੁੰਡੇ ਲੱਗਿਆ ਮੈਨੂੰ ਦੱਸੋ ਮੇਰੀ ਉਹਨਾਂ ਜੋ ਵੀ ਹੈ ਸਾਡੀ ਆ ਰਹੀ ਹੈ ਮੈਂ ਤੈਨੂੰ ਗੱਲ ਦੱਸ ਦਿਆਂ ਪੁੱਤਰ ਤੁਹਾਡੇ ਰਿਸ਼ਤੇ ਹੋਣਗੇ ਤੇ ਲਾਜ਼ਮ ਹੋਣਗੇ ਤੂੰ ਪਰੇਸ਼ਾਨ ਨਹੀਂ ਹੋਣਾ ਪਰੇਸ਼ਾਨ ਨਹੀਂ ਹੋਣਾ ਸਮਝ ਲਗੀ ਓਏ ਬੱਕੂ ਜੀ ਮੇਰੀ ਸੋਚਾ ਕੱਪੜੇ ਤੇ ਚੱਲਦੇ ਬਹੁਤ ਸਾਰੇ ਕੁੜੀ ਲੈਣ ਜਾਣੀ ਅੱਛਾ ਮੈਂ ਤੇ ਮੰਗਣ ਨਹੀਂ ਆਣਾ ਉੱਥੇ ਤੁਹਾਡਾ ਆਰਡਰ ਹੋ ਗਿਆ ਸੀ ਏਅਰਪੋਰਟ ਜਾਣੇ ਆ ਚਲੋ ਜਾਓ ਚੱਲ ਬਈ ਚਲੋ ਜਾ ਸਿੱਧੇ ਤਰ੍ਹਾਂ ਗੱਡੀ 'ਚ ਬਹਿ ਕੇ ਜਾਓ ਸਾਈਡ ਤੇ ਹੋ ਜਾਓ ਮੇਰੀ ਗੱਲ ਸੁਣੇ ਨਾ ਮੁੰਡਿਆ ਤੇਰੇ ਤੋਂ ਛੋਟਾ ਵੇ ਤੂੰ ਉਹਨੂੰ ਸਮਝਾ ਉਹ ਕਹਿੰਦਾ ਜੀ ਮੈਂ ਕੋਈ ਨਾ ਕੋਈ ਕੁੜੀ ਚੁੱਕ ਕੇ ਲੈ ਆਣੀ ਹੈ ਤੇ ਮਾਂ ਉਹਨੂੰ ਹੋ ਗਿਆ ਜਵਾਬ ਜਿੱਥੇ ਇਸ਼ਕ ਕਰਦਾ ਸੀ ਉਹ ਕੁੜੀ ਦਾ ਪਿਓ ਮੰਨਿਆ ਨੇ ਓਏ ਡਿਸਾਈਡ ਹੋ ਗਿਆ ਉਹਨਾਂ ਨੇ ਕੋਈ ਹਰਕਤ ਕਰਨੀ ਕਰਨੀ ਤੂੰ ਪੁੱਤਰ ਇੰਜ ਦੀ ਹਰਕਤ ਕਰੇਗਾ ਤੇ ਸਾਡੀ ਕਿੱਥੇ ਇੱਜ਼ਤ ਰਹੇਗੀ ਤੂੰ ਮੈਨੂੰ ਦੱਸ ਪਹਿਲੇ ਬੜੀ ਸਾਡੀ ਇੱਜ਼ਤ ਹੈ ਲੋਕੀ ਗਾਲਾਂ ਹੀ ਕੱਢਦੇ ਨੇ ਇਹ ਵੇਖ ਲੈ ਓਏ ਗੱਲ ਸੁਣੋ ਤੇਰਾ ਭਰਾ ਹੈ ਉਹਨੂੰ ਸਮਝਾ ਤੇਰਾ ਤੁਸੀਂ ਜੰਮਿਆ ਤੁਸੀਂ ਸਮਝਾਓ ਮੈਂ ਕਾਹਦੀ ਸਮਝਾਵਾਂ ਉਹ ਮੇਰੇ ਤੇ ਆਖੇ ਲੱਗਦਾ ਹੀ ਕੋਈ ਨਹੀਂ ਆਖੇ ਲੱਗਦਾ ਕਿਉਂਕਿ ਤੇਰਾ ਹੋਣਾ ਹੀ ਨਹੀਂ ਬੜੀ ਨੱਥ ਪਾਈ ਬੜਾ ਅਥਰਾ ਸੀ ਪਿਓ ਸਾਡਾ ਅਥਰਾ ਹੀ ਸਾ ਜਵਾਨੀ ਚ ਜਾ ਕੰਮ ਕਰ ਅਥਰਾ ਸਾ ਮੈਂ ਪਿਓ ਆ ਤੇਰਾ ਰੋਂਦਾ ਪਿਓ ਬਣਨ ਨੂੰ ਮੈਂ ਚੌਧਰੀ ਹਾਂ ਇੱਕੋ ਹੀ ਲਾਚਾ 100 ਸਾਲ ਤੋਂ ਬੰਨੇ ਆ ਜਾ ਕੰਮ ਕਰ ਆਪਣਾ ਓਏ ਗੱਲ ਸੁਣਾ ਸਾਡਾ ਖਾਨਦਾਨੀ ਲਾਚਾ ਹੈ ਧੋਣਾ ਨਹੀਂ ਗੰਦਾ ਹੀ ਪਾਈ ਜਾਣਾ ਓਏ ਇਹਨੂੰ ਸੰਭਾਲ ਗੰਦਾ ਕਰ ਕਰਕੇ ਉੱਤੇ ਨਕਸ਼ੇ ਬਣਾ ਲੈ ਤੇ ਖਾਨਾ ਖਰਾਬ ਕੈਸੀ ਹੋ ਗੋਲੀ ਖਾਣੀ ਹੈ ਗੋਲੀ ਖਾਣੀ ਹੈ ਨਹੀਂ ਤੂੰ ਮੇਰੇ ਖਾਤਰ ਗੋਲੀ ਖਾ ਲਓ ਮੈਂ ਵੈਸੇ ਫਿੱਟ ਗੋਲੀ ਕਿਉਂ ਖਾ ਲਓ ਚਲੋ ਮੁਬਾਰਕ ਹੋਵੇ ਸਾਡੀ ਤੁਹਾਡੀ ਸੁਲਾਹ ਹੋ ਗਈ ਸੁਲਾਹ ਕਹਾਂ ਸੇ ਹੋ ਗਈ ਨਹੀਂ ਤੁਹਾਡੇ ਬਾਪ ਕੇ ਸਾਥ ਕੋ ਸਾਰਾ ਪੈਚਪ ਹੋ ਗਿਆ ਅਬੇ ਭਾਈ ਮੇਰੇ ਬਾਪ ਕਾ ਤੁਹਾਡੇ ਬਾਪ ਕੇ ਸਾਥ ਹੋਇਆ ਹੈ ਨਾ ਇਹ ਕੌਣ ਡਿਸਾਈਡ ਕਰੇਗਾ ਕਿ ਮੇਰੀ ਔਰ ਤੁਹਾਡੀ ਸੁਲਾਹ ਹੋ ਗਈ ਨਹੀਂ ਸੁਲਾਹ ਨਾ ਨਹੀਂ ਲੇਕਿਨ ਉਹ ਲੜਾਈ ਤਾਂ ਖਤਮ ਹੋ ਗਈ ਨਾ ਫਾਇਦਾ ਕੀ ਲੜਨ ਦੇ ਵਿੱਚ ਕੋਈ ਲੜਾਈ ਖਤਮ ਨਹੀਂ ਤੁਮ ਜਾਣਦੇ ਹੋ ਨਾ ਮੁਝੇ ਮੈਂ ਗੋਲੀ ਜਾਣਦਾ ਹਾਂ ਇਹ ਹਰਕਤ ਕਰਨੇ ਦੀ ਕੋਸ਼ਿਸ਼ ਮਤ ਕਰਨਾ ਇਹ ਹਰਕਤ ਕਰਨੀ ਹੈ ਬਾਈ ਦਾ ਮਾਲ ਹੈ ਤੁਸੀਂ ਜਿਹੜੀ ਮਰਜ਼ੀ ਚੀਜ਼ ਇਸਤੇਮਾਲ ਕਰੋ ਅਸੀਂ ਕੁਛ ਨਾ ਕਰੀਏ ਤੁਮ ਕੁਛ ਕਰ ਨਹੀਂ ਸਕਦੇ ਕਿਉਂ ਨਹੀਂ ਕਰ ਸਕਦਾ ਮੈਂ ਵੀ ਚੌਧਰੀਆਂ ਦਾ ਪੁੱਤਰ ਹਾਂ ਤੁਮ ਚੌਧਰੀ ਤੇਰਾ ਪਿਓ ਚੌਧਰੀ ਹੈ ਤੇ ਸਾਡਾ ਪਿਓ ਫਾਲਸਾ ਨਹੀਂ ਵੇਚਦਾ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਅੱਪਾ ਜਾਨੇ ਤੁਮ ਲੋਗੋ ਸੇ ਦੋਸਤੀ ਕੈਸੇ ਕੀ ਐਸੇ ਕਿ ਮਾਫੀ ਵੀ ਕੋਈ ਚੀਜ਼ ਹੁੰਦੀ ਹੈ ਤੁਮਨੇ ਮਾਫੀ ਮੰਗੀ ਤੇਰੇ ਅੱਪੇ ਨੇ ਓ ਹਲੋ ਮੇਰਾ ਬਾਪ ਔਰ ਉਹ ਮਾਫੀ ਮੰਗੇ ਨੋ ਵੇ ਤੇਰਾ ਬਾਪ ਮਾਫੀ ਮੰਗ ਸਕਦਾ ਔਰ ਇਸ ਤੋਂ ਲਾਪਾ ਮੰਗੇਗਾ ਕੀ ਕਿਉਂ ਤੁਮ ਲੋਗ ਇਤਨੇ ਟਾਰਜ਼ਨ ਕਈ ਰਹਤੇ ਨਹੀਂ ਟਾਰਜ਼ਨ ਚਲੋ ਸ਼ੁਕਰ ਕਰੋ ਸੁਲਾ ਹੋ ਗਈ ਨਾ ਤੁਮ ਸ਼ੁਕਰ ਅਦਾ ਕਰੋ ਕਿ ਹਮ ਲੋਗੋ ਨੇ ਸੁਲਾ ਕਰ ਲਈ ਵਰਨਾ ਤੁਸੀਂ ਕਿਹੜਾ ਪੰਦਾ ਵੱਡੇ ਆ ਸੀ ਹਾਂ ਓ ਜਿਹੜੇ ਤੁਹਾਡੀ ਗੱਡੀਆਂ ਮਸ਼ਹੂਰੀਆਂ ਨੇ ਤੁਹਾਰੇ ਸਾਰੇ ਭਾਈ ਵਾਟ ਕੇ ਨਾ ਤੁਹਾਰੇ ਹੱਥ ਮੇ ਪਕੜਾ ਦੇਤੇ ਵਾਟ ਕੇ ਹੱਥ ਮੇ ਪਕੜਾ ਦੇਤੇ ਔਰ ਨਹੀਂ ਤੋ ਕੀ ਤੁਸੀਂ ਜਿਹੜਾ ਵੱਡੇ ਆ ਗਿਆ ਮੇਰੇ ਕੋਲ ਦੱਸਦੀ ਤੁਸੀਂ ਕਿਸ ਤਰ੍ਹਾਂ ਪੜਾ ਸਕਦੇ ਹੋ ਤੁਮ ਜਾਣਦੇ ਹੋ ਨਾ ਮੈਂ ਬੰਦਾ ਜਿਉਂਦਾ ਹੀ ਨਹੀਂ ਆ ਵੱਡ ਕੇ ਤੇ ਮੇਰਾ ਭਰਾ ਮੇਰੇ ਹੱਥੇ ਪੜਾ ਜੀ ਵਾਹ ਤੁਮ ਜਾਣਦੇ ਨਾ ਮੈਂ ਬਲੈਕ ਬੈਲਟ ਹਾਂ ਹਾਂ ਤੁਮ ਜਾਣਦੇ ਨਾ ਮੈਂ ਬਲੈਕ ਬੈਲਟ ਔਰ ਜੋ ਕੁਝ ਮਰਜ਼ੀ ਹੋਵੇ ਹਾਂ ਬੰਦੇ ਅਗੇ ਕੁਝ ਨਹੀਂ ਖਰਬੂਜ਼ਾ ਭਾਵੇਂ ਛੁਰੀ ਦੇ ਉੱਪਰ ਹੋਵੇ ਭਾਵੇਂ ਥੱਲੇ ਹੋਵੇ ਵੱਡਿਆ ਖਰਬੂਜ਼ੇ ਨਹੀਂ ਜਾਣਾ ਹੁੰਦਾ
चलो अभी मुकाबला हो जाता है, कम ऑन। लोगों की तो ख्वाहिश है की कहीं हमारी इस हसीन लड़की से शादी। तुहानू खुशफहमी है, तुहाडा हाल इमरान खान वाला ही है, जलसा बहुता हुंदा, वोट कोई नहीं दिंदा। हैदराबाद नुकरां दे उत्ते फिर रवो जिथे मर्जी लेकिन वेख के लाहौर जाओ, लाहौर वेख लिया करी, उस समय तुहाडा दिल ही नहीं करना कुछ होर वेखना। अजे तो तेनू लाहौर विखाया ही नहीं, उधर जा जल्लो वाले पासे जिहड़े रस्ते च खेत आंदे ने तैनूं उत्थे नजर आना लाहौर। उस तों बाद तूं इधर निकलना जिहड़ा मोटर वे वाले पासे नूं जाणा फैसलाबाद वाली साइड दे उत्ते, इह जिहड़े सारे खेत आंदे ने उत्थे जा के वेख किसान किस तरह लाहौर वेखदे ने। सारा कुछ देखा हुआ है, वो भी अपना ये भी अपना है, लेकिन जो मजा जानते हो ना क्या, मैं उस इलाके की लड़की हूँ जो बात बाद में करती, गोली पहले मारती। हाँ गाली यह कटते ने बंदे को उठे नहीं जाता। ਅਖਲੋ ਤੇਰੀ ਤਾਪ। ਅੱਛਾ ਸੁਣੋ, ਤੁਸੀਂ ਤੇ ਕਿਸੇ ਕੋ ਚੀਜ਼ ਵੀ ਖੋਣੀ ਹੋਵੇ ਲੱਗਦਾ ਰਿਕੁਐਸਟ ਕਰ ਰਹੇ, ਭਾਈ ਨਿਕਾਲ ਦੇ ਜੋ ਵੀ ਆਵੇ। ਦੇਖ ਤੇਰੇ ਕੋ ਬੋਲ ਰਹਾ ਹਾਂ, ਇਧਰ ਕੋਈ ਕੰਮ ਖਰਾਬ ਹੋ ਜਾਏਗਾ ਫੱਡਾ ਹੋ ਜਾਏਗਾ ਦੇਖੋ। ਹਾਂ ਤੋ ਹਾਂ, ਹੋਰ ਅਬ ਇਧਰ ਵਾਲੇ ਸਾਈਡ ਦਾ ਇੱਕੋ ਹੀ ਕਪਤਾਨ ਸੀ ਨਾ ਇਮਰਾਨ ਖਾਨ। ਹਾਂ ਹਾਂ, ਸਭ ਕੋ ਜੀਤ ਕਰ ਦਿਖਾਏਗੇ, ਜੀਤ ਹਮਾਰੀ ਹੋਤੀ। ਆ ਤੁਹਾਡਾ ਇੱਕੋ ਹੀ ਆਇਆ ਸਰਫਰਾਜ਼, ਭਾਈ ਇਧਰ ਹੋ ਜਾ ਸਾਈਡ ਪੇ ਜਾ। ए भाई तेरे को बोले ना, ए तू बोल नहीं करेगा, तू इधर का मेरे को पता ना, थारे थारे लड़के, चलो शाबाश 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 सखी शाबाश। अच्छा तो तुम लोग नकल उतार रहे हो हमारी। अरे तुम लोग मंजी के ऊपर मंजी, नीचे अंबार ऊपर अम्मी। अपनी ईमानदारी ना, कितना मजा आंदा होएगा जॉइंट फैमिली रहने का, कितना मजा आंदा है। अरे तुम लोग पेंडू लोग ठीक है ना, तुम लोगों को पता वता कुछ है नहीं, एक चार पाई होती है और छत पे ना 10 जाने सो रहे होते हैं, एक पंखा लगाया होता है, कभी चचा को हवा। हाँ हाँ, हाँ, कभी चचा को हवा, कभी मामू को हवा, कभी ताया को हवा। हाँ तो कितना मजा आता है, इंज सारे लाइन च सुते होंगे जो। हाँ पिछे एक पखा लगा होंगे, इंज जब धोतियां च वजदी ना हवा लगता स्पाइडरमैन सुते पे ने। ਜਿਹੜਾ ਪ੍ਰਾਣ ਆਇਆ ਹੁੰਦਾ ਇੰਜ ਲੰਘ ਰਿਹਾ ਹੁੰਦਾ ਕਿ ਸਾਰੇ ਸੁੱਤੇ ਨੇ ਵੀ ਨਿਕਲ ਚੱਲੋ। ਜਾਣਦੀ ਹਾਂ ਮੈਂ ਤੁਮ ਲੋਗੋ ਕੋ, ਹਾਂ ਘਰ ਮੇ ਬਹਿਨ ਕੀ ਬਰਥਡੇ ਰੱਖ ਕੇ ਭੂੰਡੀ ਤੋਂ ਕਰਵਾਤੇ ਹੋ ਤੁਮ ਲੋਗ। ਭੂੰਡੀ ਨਹੀਂ ਭੂੰਡੀ ਕਰਵਾਈ ਦੀ ਹੈ, ਭੂੰਡੀ ਹੁੰਦੀ ਤੁਹਾਡੀ ਵਾਲੀ ਸਾਈਡ ਦੇ ਕਿਤੇ। ਆਹਾ ਹਾਂ ਨਹੀਂ, ਹਮ ਤੋ ਬਹੁਤ ਮਰਡ ਹੈ ਯਾਰ। ਕਿਹੜੇ ਮਰਡ ਹੈ, ਪਿਓ ਦੇ ਕਹਿਣ ਤੇ ਚੱਲਨੀ, ਜੋ ਤੇਰੇ ਪਿਓ ਨੇ ਕਿਹਾ ਤੂੰ ਉਹ ਕਰਨਾ, ਤੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਹੈ। ਕਿਵੇਂ, ਮੈਂ ਇੰਡੀਪੈਂਡੈਂਟ ਲੜਕੀ ਹਾਂ, ਮੇਰੀ ਆਪਣੀ ਲਾਈਫ ਹੈ। ਆਪਣੀ ਤੇਰੀ ਲਾਈਫ ਹੈ, ਸ਼ਾਦੀ ਤੇ ਤੂੰ ਆਪਣੀ ਮਰਜ਼ੀ ਨਾਲ ਕਰ ਨਹੀਂ ਸਕਦੀ। ਹਾਂ ਜੇ ਵਕਤ ਆਏਗਾ ਤਾਂ ਮੈਂ ਆਪਣੀ
मर्जी से शादी करूंगी। अगर एडी तू गैरत वाली है किसी ना दौड़ के शादी करके भगा तेन फिर मना मैं। ओ जा जा तेरे चेडा किथे हौसला ओ जो को डरने वाली जा काम कर। लेकिन मैं तो डरती नहीं। मां दे तरले करने वाली जा तेन हजार दा काटा। मैं डरती नहीं। मैं तो दौड़ के शादी करके बखावांगा। हां तो तुम कर सकते हो। मैं नहीं कर सकती क्या? नहीं कर सकती तू। अबे जा तू क्या समझता तू अकेला दौड़ सकता है? तू दौड़ सकती है? जा काम कर दौड़। अबे तू जा के काम कर। मां दा दूध पीता दौड़ के बखा ले। मैंने दौड़ा तो मैं ना ब्याह करके बखा दा। मैं ब्याह करके दिखाऊंगी तू। आप जब प्यो दी हुन मुकरी ना। चल आया पाजी साहब। साहब साहब बीबी जी आ गए ने एयरपोर्ट तो लेन जाना। बीबी जी आ गए ने। आप लुटियों को पार्टी में मरे इलेक्शन जीत के आई। बीबी जी आ गए ने। खलो जा ओए खलो जा अकड़ी दिए जाइए खलो जा। जोई साहब जोई साहब बीबी जी आ गए ने। ओ गड्डी थले आ गई मरे नहीं दिया बचे थले आ गए ने थले आ गए। ओ की रोला पाया जे ओ छोटी चुतानी एयरपोर्ट तो लेन जाइए। बिस्मिल्लाह किथे में ए बाहर गड्डी जो कर रहे में बुला चेती नाल आ सत्ते जहाज में कितनी अच्छी प्रवास होती है। इससे ज्यादा अच्छा जहाज से ज्यादा सफर शिप का होता है। ओह माय गॉड ये कौन है? मारला डकार। तुम भी मुझे कुछ पढ़े लिखे लग रहे हो। अल्लाह लाज कितनी बनना। अल्लाह ये क्या होती है? ओदे सामने ये आकरी पैर है कि कोई फूल गल ना कर। माय सिस्टर। यस सर। Oh, this is my sister, this is my mother, this is my dog. dog, daddy. और बहना तेनू पता ही नहीं तू तो बाहरों आई है तो की वाकया चल चुके ने। मेरी होने वाली बीवी ने मैनू कर दिता सी इनकार। तो तेरा वीर ऐसी औरत चुक के ले आया चपन कटीटे का मजा ही आ जाएगा। बिल्कुल बात थोड़ी जी पर रख सी फिल्मी बैंड भी रहा है। भाई की हो रहा है? तो फिर क्या हुआ जब आप किसी की बहन को उठा के लेके आ सकते हो तो आपकी बहन को कोई
ਇੰਜ ਕਰਕੇ ਲੈ ਗਿਆ। ਅੱਛਾ ਕੁੜੀ ਕੋਠੇ ਦੇ ਉੱਤੇ ਮੰਜੀ ਸੀ, ਉਹਦੇ ਉੱਤੇ ਲੰਮੀ ਪਈ ਸੀ। ਅੱਛਾ ਜੀ ਇਹ ਉਹਦੇ ਨਾਲ ਪੱਖਾ ਚੱਲ ਰਿਹਾ ਸੀ, ਪੱਖੇ ਦੀ ਹਵਾ ਸਿਸਟਮ ਨੂੰ ਹਿਲਾ ਰਹੀ ਸੀ। ਸਿਸਟਮ ਨੂੰ ਮੇਰਾ ਮਤਲਬ ਕੀ? ਮੈਂ ਕੀ ਵੇਖਿਆ ਕਿ ਕੁੜੀ ਦਾ ਪਿਓ ਵੀ ਨਾਲ ਧੋਤੀ ਪਾ ਕੇ ਸੁੱਤਾ ਪਿਆ, ਫਿਰ ਹਵਾ ਉਹਦੇ ਹੱਲ ਵੀ ਗਈ। ਫਿਰ ਜਦੋਂ ਹਵਾ ਉਹਦੇ ਹੱਲ ਚੱਲ ਗਈ ਤੇ ਫਿਰ ਕੀ ਰਹਿ ਗਿਆ ਮੈਨੂੰ ਇਹਦਾ? ਤੁਸੀਂ ਚੈੱਕ ਕਰ ਲਓ, ਅਸਲਾਮ ਵਾਲੇ ਸਲਾਮ ਦੇਖੋ।
ਇੱਧਰ ਤੋਂ ਅਸੈਂਬਲੀ ਦੇ ਇਜਲਾਸ ਤੇ ਨਹੀਂ ਆਇਆ ਸਾਮਾਨ ਲੈ ਕੰਮ ਓਏ ਸਿਆਸੀ ਗੱਲ ਕਰੀ ਮੈਂ ਦੰਦ ਭੰਨਣਾ ਮਾਰ ਤੇਰਾ ਛਿੱਤਾ ਮਾਰ ਲੈ ਕਾਮੇਡੀ ਕਰ ਸਿਆਸੀ ਗੱਲ ਓਏ ਮੇਰੀ ਧੀ ਕੌਣ ਬਤਮੀਜ਼ ਆਦਮੀ ਸਾਰਾ ਮੇਰਾ ਚਿਹਰਾ ਅੱਛਾ ਓਏ ਸੌਰੀ ਸੌਰੀ ਏ ਸਾਰਾ ਹੀ ਧੀ ਸੋਣੀ ਹੈ ਤੂੰ ਕਿੱਥੇ ਗਿਆ ਓਏ ਬਕਵਾਸ ਬੰਦ ਇਹ ਹੋ ਜੇ ਬੰਦੇ ਆਪਣੇ ਬੂਹੇ ਕੋ ਬੈ ਕੇ ਰੋਣਨੇ ਤੇ ਆ ਓ ਕੀ ਹੋਇਆ ਬੂਹਾ ਨਹੀਂ ਖੋਲਣਾ ਅੱਲਾਹ ਲਾਣਾ ਤੇਰੇ ਤੇ ਮਰੇ ਚੌਧਰੀ ਵੇਖੋ ਚੌਧਰੀ ਇਹੋ ਜੇ ਪਿੰਡ ਚ ਨਾਈ ਹੁੰਦੇ ਦੇਗ ਪਕਾ ਕੇ ਦੂਰ ਖੜੇ ਹੁੰਦੇ ਪਤਾ ਨਹੀਂ ਕਿਹੋ ਜੀ ਪੱਕੀ ਅੱਛਾ ਇਹੋ ਜੇ ਬਾਬੇ ਈਦ ਦਾ ਦਿਨ ਮਾਰ ਕੇ ਸਾਰੇ ਦੀ ਈਦ ਖਰਾਬ ਕਰ ਦਿੰਦੇ ਨੇ ਸਾਲੇ ਓਏ ਕੁੱਤੇ ਦਾ ਪੁੱਤਰਾ ਇੱਕ ਮੇਰੀ ਧੀ ਲੈ ਗਿਆ ਉਤੋਂ ਜੂਤਾਂ ਕਰਾਉਣ ਲਿਆ ਆਪਕੀ ਸ਼ਾਦੀ ਹੋਈ ਹੈ ਅਰੇ ਕਿਆ ਬਾਤ ਹੈ ਮਾਸ਼ਾਅੱਲਾ ਅਰੇ ਇੱਕ ਸਵਾਲ ਦਾ ਜਵਾਬ ਦੇ ਜੀ ਪੁੱਛੇ ਜਿਹੜੀ ਹਿੰਦੂਆਂ ਦੀ ਸ਼ਾਦੀ ਹੁੰਦੀ ਹੈ ਉਹ ਕਿੰਨੇ ਫੇਰੇ ਲੈਂਦੇ ਨੇ ਸੱਤ ਤੇ ਸਾਡਾ ਕਿਉਂ ਪਹਿਲੇ ਫੇਰੇ ਸਾਹ ਖੜ ਜਾਂਦਾ ਜਾ ਰਹੇ ਸਮਝੋ ਤੇਰਾ ਨੱਕ ਫੀਨਾ ਸਾਹ ਪੂਰਾ ਨਹੀਂ ਆਉਂਦਾ ਉਹ ਇਸ ਵਾਸਤੇ ਹੋ ਜਾਂਦੀ ਹੈ ਮਾਸ਼ਾਅੱਲਾ ਦੁਲਹਨ ਕਿਤਨੀ ਪਿਆਰੀ ਲੱਗ ਰਹੀ ਹੈ ਦੁਲਹਨ ਕਿਤਨੀ ਪਿਆਰੀ ਲੱਗ ਰਹੀ ਹੈ ਆਪਕੀ ਅੱਛੀ ਲੱਗ ਰਹੀ ਹੋ ਇੱਕ ਦਿਨ ਮੈਂ ਆਪ ਕਿਤਨੀ ਮਰਤਬਾ ਨਹਾਤੀ ਹੈ ਮੈਂ 3-4 ਦਫਾ ਇਹਦਾ ਕੰਮ ਠੀਕ ਹੀ ਆਓ ਲੰਡੇ ਦੀ ਸਮੈਲ ਸੁਣ ਕੇ ਉਤੋਂ ਨਿਮਕੋ ਖਾਣ ਵਾਲਿਆ ਗੱਲ ਕਰੋ ਪਿਆਰ ਗੱਲ ਹੋਣੀ ਚਾਹੀਦੀ ਹੈ ਤਾੜੀਆਂ ਮਾਰੋਗੇ ਤਾਂ ਬਹੁਤ ਨੱਚਦੀ ਹੈ ਜੀ ਬਾਹਰ ਦਾ ਮਾਲ ਬਾਹਰੋ ਬਾਹਰ ਸਾਡੇ ਘਰੋਂ ਜਾਣੀ ਕੁੜੀ
ਚੁੱਪ ਕਰ ਜਾ ਅਜਾ ਬਰਾਤ ਆਣ ਦੇ ਚੱਲ ਮੇਰਾ ਪਤਾ ਨਾ ਲੱਗੇ ਆ ਜਾ ਜੀ ਆ ਜਾ ਆ ਜਾ ਨਿਕਾਹ ਅੱਜ ਹੀ ਹੋਏਗਾ ਆਓ 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 ਮੁਬਾਰਕ ਹੋਵੇ ਸਭ ਬਦਲਾ ਪੂਰਾ ਲੈਣਾ ਦੇ ਇਹ ਕੀ ਕਰ ਰਿਹਾ ਬੂ ਨਮੋਟ ਕਸ ਲਈਏ ਵਿਆਹ ਦਾ ਮਸਲਾ ਪੁੱਤਰ ਅੱਜ ਸਾਰੇ ਸਭ ਬਰਾਬਰ ਹੋਣਗੇ सानू तो खुशी तद होगी कि आंदे साल साडे भी घर बैण दा नहीं से तारी बैण गी कोई ਬੱਤੀ ਬੰਦ ਕਰੇਗਾ ਐਂਸ ਕਰਕੇ ਮੇਰੇ ਕੱਪੜੇ ਪਰੇ ਸੁੱਟੇਗਾ ਤੇ ਮੈਨੂੰ ਵੇਖ ਕੇ ਕਹੇਗਾ ਤਬਦੀਲੀ ਆ ਨਹੀਂ ਰਹੀ ਆ ਗਈ ਹੈ ਤੂੰ ਕਿੱਥੇ ਓਰਿਜਨਲ ਹੈ ਥੋੜਾ
ਨਹੀਂ ਬਾਜੀ ਮੈਂ ਪਲੇਨ ਬਸ ਟੈਨਸ਼ਨ ਦੀ ਵਜ੍ਹਾ ਤੋਂ ਹੀ ਤੂੰ ਥੋੜਾ ਵੇਟ ਕਰ ਪਹਿਲੇ ਮੈਂ ਇਨਕਲਾਬ ਲਿਆਉਣਾ ਚਾਹੁੰਦਾ ਯਾ ਮੈਂ ਖਰਚ ਕਰ ਲਾਂਗਾ 2-4 ਮਿੰਟ ਚ ਇਨਕਲਾਬ ਨਹੀਂ ਆਉਂਦਾ ਦੇਖੋ ਮੇਰੀ ਗੱਲ ਸੁਣੋ ਉਸ ਖੁਸਰੇ ਦੇ ਕੋਲ ਤੁਸੀਂ ਨਹੀਂ ਜਾਣਾ ਤੁਹਾਡੀ ਸ਼ਾਦੀ ਇਹ ਖੁਸਰਾ ਤੂੰ ਅੰਗਣੀ ਹੁੰਦੀ ਏ ਮੈਂ ਖੁਸਰਾ ਵੀ ਰੱਖਣਾ ਮੈਂ ਤੈਨੂੰ ਵੀ ਰੱਖਣਾ ਮੈਂ ਪੂਰਾ ਮਹੀਨਾ ਬਿਜ਼ੀ ਰਹਿਣਾ ਚਾਹਨਾ ਜੋਈ ਸਾਹਿਬ ਤੁਸੀਂ ਕਿਉਂ ਰੋ ਰਹੇ ਜੇ ਤੁਸੀਂ ਕਿਉਂ ਰੋ ਰਹੇ ਜੇ ਇਸ ਲਈ ਰੋਣ ਡਿਆ ਇੰਨੇ ਵਾਲ ਤੇ ਰਿੱਛ ਦੇ ਵੀ ਨਹੀਂ ਹੁੰਦੇ ਜਿੰਨੇ ਤੇਰੇ ਫੁੱਲਾਂ ਨਾਲ ਕੰਡੇ ਨਹੀਂ ਹੁੰਦੇ ਇੰਨੇ ਵਾਲ ਤੈਨੂੰ ਫੂਕ ਵੀ ਮਾਰਨੀ ਨਹੀਂ ਆਉਂਦੀ ਹੈ ਗੱਲ ਵੇ ਰਹਿਣ ਨਾ ਫੇ ਚੱਲ ਵੇ ਖੁਸਰ ਆ ਮੇਰੀ ਜ਼ਿੰਦਗੀ ਹੈ ਜੋ ਵੀ ਹੈ ਦੁੱਧ ਨਾ ਦਹੀਂ ਨਹੀਂ ਰੀ ਯਈ ਯਈ ਚੱਲ ਜਾ ਤਾਂ ਨਿਕਲ ਬਾਹਰ ਤੂੰ ਜਿਹੜੇ 50 ਦੇਣੇ ਲਾ ਦੇ ਤੂੰ ਤੂੰ ਐਡੀ ਸੋਹਣੀ ਹੈ ਨਾ ਤੇ ਆ ਮੇਰੇ ਨਾਲ ਨਹਿਰ ਤੇ ਵੇਖਦੇ ਪਹਿਲੇ ਕੌਣ ਚੁੱਕਿਆ ਜਾਂਦਾ 6 ਮਹੀਨੇ ਉੱਥੇ ਕਰੋ ਆਸੂ ਇਸ ਗੱਲ ਸੁਣ ਕਰੋ ਤੁਸੀਂ ਵੇਖ ਲਓ ਗੱਲ ਸੁਣਨੀ ਪ੍ਰਵੀਨ ਅਸਲਮ ਸ਼ਮੀ ਮਾਰਾ ਗੱਲ ਸੁਣ ਕਿੰਨੀ ਦੇਰ ਸਾਹ ਬੰਦ ਕਰ ਸਕਣਾ ਹੈ ਤੇਰੇ 'ਚ ਕਿੰਨੀ ਹਿੰਮਤ ਹੈ ਮੇਰੀ ਛੱਡ ਮੇਰਾ ਤੇ ਸਾਹ ਚੱਲਦਾ ਹੀ ਹੋਣਾ ਚਾਹੀਦਾ ਤੇਰਾ ਬੰਦ ਹੋਣਾ ਚਾਹੀਦਾ ਮੇਰੇ ਸਾਹ ਦੀ ਫਿਕਰ ਨਾ ਕਰ ਭਾਵੇਂ ਟਰਾਲੀਆਂ ਭਰ ਕੇ ਆ ਜਾਓ ਬਕਵਾਸ ਨਾ ਕਰ ਮੈਂ ਤੈਨੂੰ ਨਵਾਉਣਾ ਚਾਹਨਾ ਪਾਣੀ ਦੇ ਵਿੱਚ ਮੈਂ ਕਹਿ ਰਿਹਾ ਤੇਰਾ ਸਾਹ ਕਿੰਨੀ ਦੇਰ ਬੰਦ ਹੋ ਸਕਦਾ ਮੈਂ ਤੈਨੂੰ ਸਵੀਮਿੰਗ ਕਰਵਾਉਣੀ ਸਵੀਮਿੰਗ ਸਵੀਮਿੰਗ ਕਰਾ ਭਾਵੇਂ ਮੈਨੂੰ ਦਰਿਆ 'ਚ ਲੈ ਜਾ ਭਾਵੇਂ ਛੱਪੜ 'ਚ ਲੈ ਜਾ ਕੇਸ ਤੇ ਚੱਪੂ ਚਲਾ ਮੈਨੂੰ ਕੁਛ ਨਹੀਂ ਹੋਣਾ ਕਿਉਂ ਅੱਬੂ ਜੀ ਸੌਰੀ ਖਾਮਨ ਚਾਚੂ ਚਾਲੂ ਮੇਰੇ ਘਰ ਸੁਣੋ ਤੁਸੀਂ ਉਹਨਾਂ ਨਾਲ ਹਰ ਕੀ ਸ਼ਾਦੀ ਨਹੀਂ ਕਰ ਸਕਦੇ ਤੁਸੀਂ ਮੇਰੇ ਘਰ ਚੱਲ ਜਾਵਾ ਸਿਰਫ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਫਤੇ 'ਚ ਕਿੰਨੇ ਦਿਨ ਹੁੰਦੇ ਨੇ ਹਫਤੇ 'ਚ 7 ਦਿਨ ਕੀ 8 ਦਿਨ 3 ਦਿਨ ਤੇਰੇ ਹੱਲ ਤੇ 3 ਦਿਨ ਤੇਰੇ ਹੱਲ ਤੇ ਇੱਕ ਦਿਨ ਹੁਣ ਮੈਂ ਜੁਮਾ ਵੀ ਨਾ ਪੜਾ ਵਾਹ ਰੇ ਵਾਹ ਜੁਮਾ ਜੁਮਾ ਪੜਨ ਵਾਸਤੇ ਪਹਿਲੇ ਮੁਸਲਮਾਨ ਹੋਣਾ ਪੈਂਦਾ ਮੈਂ ਆਪਣੇ ਮੁੱਲ ਤੋਂ ਪੜ ਲਾਂ ਨਾ ਗੁਜ਼ਾਰਨੇ ਨੇ 6 ਦਿਨ ਤੁਸੀਂ ਮੇਰੇ ਐਵੇਂ 6 ਦਿਨ ਅੱਛਾ 6 ਦਿਨ ਮੈਂ ਤੇਰੇ ਨਾਲ ਗੁਜ਼ਾਰਨੇ ਨੇ ਤੇ ਜਿਹੜਾ 7ਵਾਂ ਦਿਨ ਨੇ ਉਹ ਮੇਰੀ ਮੰਜੀ ਬਾਹਰ ਚੌਕ 'ਚ ਹੋਏਗੀ ਹੈ ਸਾਰੇ ਜਬੜ ਗੁੱਲੇ ਮੇਰੇ ਨਾਲ ਕਰ ਲੈਣੇ ਉਹ ਕੁੱਤੇ ਨੇ ਜਦੋਂ ਇਹਨਾਂ ਦੀ ਸ਼ਾਦੀ ਹੋ ਗਈ ਸਾਨੂੰ ਲੈ ਕੇ ਕਿਉਂ ਨਹੀਂ ਗਿਆ ਉਹ ਕੁੱਤੇ ਦੇ ਪੁੱਤਰੋ ਜਿਹੜਾ ਮੇਰਾ ਖਰਚਾ ਹੋਇਆ ਉਹ ਕਿੰਨੇ ਦੇਣਾ ਓਏ ਚੌਧਰੀ ਤੂੰ ਵਿੱਚੋਂ ਨਿਕਲ ਜਾ ਵਿੱਚ ਤੂੰ ਵੀ ਨਾ ਰਗੜਿਆ ਜਾ ਤੇਰੇ ਮੈਂ ਇਸ ਤਰ੍ਹਾਂ ਮੇਰਾ ਐਂਟ ਖੁੱਲਾ ਹੈ ਤੇ ਮੈਂ ਨਹੀਂ ਵੇਖਣਾ ਤੂੰ ਕਾਲਾ ਹੈ ਕਿ ਖੁੱਦਣਾ ਹੈ ਮੇਰੀ ਮੁਹੱਬਤ ਹੈ ਤੂੰ ਬਾ ਚੱਲ ਮੀਸਣੀ ਹੈ ਚੱਲ ਵੇ ਜਾ ਮੇਰੀ ਮੁਹੱਬਤ ਵਰਗੀਆਂ ਬੜੀਆਂ ਦੇਖੀਆਂ ਹਨ ਕੁੜੀਏ ਮੈਂ ਵੀ ਤੇਰੇ ਵਰਗੀਆਂ ਬੜੀਆਂ ਵਰਗੀਆਂ ਮੈਨੂੰ ਪ੍ਰਤਮੀਲ ਆ ਮੈਂ ਆ ਲੜੋ ਨਾ ਪੁੱਗ ਲਓ ਲੇਕਿਨ ਬਾਰੀਆਂ ਬਣਾ ਲਓ ਤੂੰ ਇਸ ਗੱਲ ਦਾ ਮਜ਼ਾ ਲੈ ਕੇ ਤੇਰੇ ਲਈ ਲੜਨ ਦੇ ਤੇਰੇ ਲਈ ਲੜਨ ਦੇ ਚੱਲ ਨਿਕਲ ਤੂੰ ਇਹ ਮੇਰੀ ਮੁਹੱਬਤ ਹੈ ਇਹ ਮੇਰੀ ਮੁਹੱਬਤ ਤੇ ਤੇਰੀ ਨਹੀਂ ਹੋ ਸਕਦੀ ਨਾ ਕਰੋ ਤੁਹਾਡੀ ਵਜ੍ਹਾ ਤੋਂ ਮੇਰੇ 3 ਵੱਡੇ ਆਪਰੇਸ਼ਨ ਹੋਏ ਨੇ ਇੰਜ ਨਾ ਕਰੋ ਤੁਸੀਂ ਵੀ ਮੇਰੇ ਤੋਂ ਹੀ ਇਹ ਇਹਨੂੰ ਮੈਂ ਮਹੀਨਾ ਕੁ ਰੱਖ ਲੈਣ ਦੇ ਫਿਰ ਮਹੀਨੇ ਬਾਅਦ ਇਹਨੂੰ ਸੇਲ ਆਊਟ ਕਰ ਦੇਵਾਂਗੇ ਸਿਰਫ ਮੇਰੀ ਇਹਨੂੰ ਉਹ ਲੈਕਸ ਤੇ ਪਾ ਦੇਵਾਂਗੇ ਕਿਉਂ ਮੇਰੀ ਮੁਹੱਬਤ ਹੈ ਕਿਸੇ ਦੀ ਨਹੀਂ ਹੋ ਸਕਦੀ ਇਹ ਮੇਰੀ ਮੁਹੱਬਤ ਹੈ ਸਿਰਫ ਮੇਰੀ ਮੁਹੱਬਤ ਹੈ ਸਿਰਫ ਮੇਰੀ ਮੁਹੱਬਤ ਹੈ ਅਗਰ ਤੂੰ ਮੈਨੂੰ ਨਾ ਮਿਲਿਆ ਤਾਂ ਮੈਂ ਸ਼ੁਕਰ ਉੱਥੇ ਪਕੌੜੇ ਖਾ ਜਾਵਾਂਗੀ ਮੈਂ ਮਰ ਜਾਵਾਂਗੀ ਤੇ ਜੇ ਤੂੰ ਮੈਨੂੰ ਨਾ ਮਿਲਿਆ ਜੇ ਤੂੰ ਮੈਨੂੰ ਮਿਲ ਗਿਆ ਤਾਂ ਮੈਨੂੰ ਛਪਾਕੀ ਹੋ ਜਾਏਗੀ ਜੋ ਵੀ ਹੈ ਮੇਰੀ ਮੁਹੱਬਤ ਹੈ ਅੱਲਾਹ ਮੈਂ ਮਰ ਜਾਵਾਂਗੀ ਮੈਂ ਮਰ ਜਾਗੀ ਤੂੰ ਮੈਨਾਂ ਸ਼ਾਦੀ ਨਹੀਂ ਕੀਤੀ ਮੈਂ ਪੱਕੇ ਨਾ ਫਾਂਸੀ ਲੈ ਕੇ ਮਰ ਜਾਗੀ ਤੂੰ ਆਪ ਦੱਸ ਇੰਨੀ એનર્ਜੀ ਹੈ ਤੇਰੇ 'ਚ ਤੁਸੀਂ ਵੇਖੋ ਜੀ ਉਹਨੇ ਮੈਂ ਕਮਾਟੂ ਫੇਰਿਆ ਸੀ ਉਹ ਕੈਸਾ ਸੀ ਮੈਨੂੰ ਵੀ ਕੁੜੀ ਉਹ ਚਾਹੀਦੀ ਹੈ ਜਿਹੜੀ ਜਲੇਬੀਆਂ ਕੱਟੇ ਇਹ ਤਾਂ ਸ਼ੁਕਰ ਮੈਂ ਦੂਰ ਸੀ ਮੈਂ ਤਾਂ ਤੁਹਾਡੇ ਮੂੰਹ ਤੇ ਕੱਢਣ ਲੱਗੀ ਸਾਂ ਉਹ ਤੇ ਔਰ ਜਲੇਬੀ ਦੇ ਨਾਲ ਇੱਕ ਮੈਸੂ ਵੀ ਆ ਜਾਣਾ ਸੀ ਉਹ ਜਲੇਬੀ ਤੇ ਮੈਸੂ ਤੇ ਮੈਂ ਖਾ ਜਾਣਾ ਸੀ ਜੀ ਲੇਕਿਨ ਜਿਹੜਾ ਰਸਗੁੱਲਾ ਮੈਂ ਤੈਨੂੰ ਦੇਣਾ ਸੀ ਨਾ ਰਸਗੁੱਲਾ ਤੂੰ ਵਾਸ਼ਾ ਵਿੱਚ ਸ਼ੀਰਾ ਨਿਕਲ ਰਿਹਾ ਹੋਣਾ ਸੀ ਰਸਗੁੱਲਾ ਕਹੀ ਜਾਂਦਾ ਇੱਕ ਵਾਰੀ ਖਵਾਇਆ ਸੀ ਰਸਗੁੱਲੀ ਨਿਕਲੀ ਲੇਡੀਜ਼ ਵਾਸਤੇ ਮਠਿਆਈ ਬਣੀ ਤੁਹਾਡੇ ਵਾਸਤੇ ਤੇ ਲੇਕਿਨ ਜੋ ਵੀ ਇਹਨੂੰ ਛੱਡਤਾ ਨਾ ਤੁਸੀਂ ਮੰਮੀ ਉਹ ਤਲਾਕ ਲੈ ਲੈਣੀ ਦੇਖੋ ਜਾਨੇ ਮੈਂ ਮਰ ਜਾਉਂਗੀ ਇਹਦੇ ਬੜੇ ਫਾਇਦੇ ਨੇ ਮੇਰਾ ਜੋ ਕੀ ਤੁਸੀਂ ਲੈਣਾ ਮੈਨੂੰ ਦੱਸ ਦਿਓ ਇਹਦਾ ਤੁਸੀਂ ਦਾ ਫਾਇਦਾ ਹੈ ਜਿਵੇਂ ਮੈਂ ਅੱਛੀ ਪਰਫਾਰਮੈਂਸ ਕਰਨੀ ਇਹਨਾਂ ਨਾਲ ਮੈਨੂੰ ਘੁੱਟਣਾ ਨਹੀਂ ਹੈ ਯਕੀਨ ਕਰ ਨਾਲ ਮੇਰਾ ਵੈਸੇ ਵੀ ਡਬਲ ਫਾਇਦਾ ਹੈ ਕੀ ਡੰਕੀ ਵੀ ਚੱਲੇ ਫੁਹਾਰਾ ਵੀ ਚੱਲੇ ਚੱਲ ਮੈਂ ਤੁਹਾਨੂੰ 4 ਫਾਇਦੇ ਦੇਵਾਂਗੀ ਲੇਕਿਨ ਤੁਸੀਂ ਮੇਰੇ ਨਾਲ ਸ਼ਾਮ 4 ਫਾਇਦੇ ਕੀ ਦੇਵਾਂਗੀ 4 ਫਾਇਦੇ ਨੂੰ ਮੈਂ ਦੇਵਾਂਗੀ ਤੂੰ ਬਸ ਤੇਰਾ ਇੱਕ ਫਾਇਦਾ ਘਟ ਗਿਆ ਤੁਹਾਨੂੰ ਯਾਦ ਨਾ ਕਹੀਂ ਇੱਕ ਫਾਇਦਾ ਹੈ ਨਹੀਂ ਸੀ ਜਦੋਂ ਇੱਕ ਵਾਰੀ ਤੁਸੀਂ ਮੈਨੂੰ ਵੀ ਵਾਰੀ ਦਿੱਤੀ ਸੀ
ਗਿਆ ਤੇਰਾ ਯਾਰ ਕਿਸੀ ਗੱਲ ਤੇ ਕਰਨਾ ਹੈ ਓ ਜਿਉਂਦਾ ਰਹਿ ਕਿੱਥੇ ਤੇਰੀ ਧੀ ਹੈ ਓ ਪਿੰਕੀ ਆ ਜਾ ਪੁੱਤਰ ਓਏ ਅੱਬਾ ਜੀ ਆ ਗਈ ਹਾਂ ਜੀ ਅੱਬਾ ਜੀ ਐ ਪੁੱਤਰ ਚਾਚੇ ਨੂੰ ਮਿਲਣਾ ਆਪਣੇ ਓ ਕੁੱਤੇ ਦੇ ਆ ਪੁੱਤਰਾ ਚਾਚਾ ਕਿਹੜਾ ਓ ਕੀ ਹੋਇਆ ਭਰਾ ਨਹੀਂ ਮੇਰੇ ਕੋਲ ਸਾਹਿਬ ਆ ਜਾ ਫਿਰ ਮੈਂ ਸੌਣਾ ਨਹੀਂ ਹੈ ਖੁਸਰਾ ਨਿਕਲਣਾ ਤੇ ਨਹੀਂ ਸੀ ਬਸ ਡਾਇਰੈਕਟਰ ਹੀ ਬਗੈਰ ਤੇ ਉਹਨੇ ਕਰਾ ਦਿੱਤਾ ਖੁਸਰਾ ਨਹੀਂ ਮੈਂ ਕਿਹਾ ਹੋਰ ਕੁੜੀ ਆ ਗਈ ਤੁਹਾਡੀ ਪੈਦਾ ਹੋਈਆਂ ਮੇਰੇ ਘਰ ਵੀ ਕੁੜੀ ਹੋਈ ਇੱਕ ਮੁੰਡਾ ਪੈਦਾ ਹੋਇਆ ਸ਼ੇਰ ਜੀ ਦਾ ਜਵਾਨ ਉਹਦੇ ਨਾਲ ਮੈਂ ਆਪਣੀ ਕੁੜੀ ਦਾ ਵਿਆਹ ਕੀਤਾ ਓ ਮੇਰੇ ਵਰਗਾ ਮਿਆਰ ਕਿਹਦਾ ਇਸ ਪੂਰੇ ਇਲਾਕੇ ਪਿਆਰ ਉਹਦੇ ਨਾਲ ਨਾ ਵਾ ਕਰਨ ਨੂੰ ਸਾਨੂੰ ਕੁੱਤੇ ਵੇਲੇ ਸਮਝਣ ਡਿਆ ਹਾਂ ਮੈਨੂੰ ਆਪਣੇ ਬੰਦੇ ਨਾਲ ਬਹੁਤ ਪਿਆਰ
ਕਿਹੜਾ ਪਿਆਰ ਚੱਲ ਧੋਤੀਆਂ ਇਸਤਰੀ ਕਰਨ ਵਾਲੀ ਇਸਤਰੀ ਨਿਕਲ ਬਾਰੇ ਤੋਂ ਉਹ ਇੱਕ ਤੁਹਾਡੇ ਵੱਟ ਕੇ ਦੀਏ ਉਤੋਂ ਗੱਲਾਂ ਸੁਣੀਏ ਵੱਟ ਕੱਢੀਏ ਇੱਕ ਤਾਂ ਸਾਨੂੰ ਬੁਲਾਇਆ ਓ ਮੇਰੇ ਤੇ ਨਸੀਬ ਹੀ ਮਾੜੇ ਨੇ ਓਏ ਸੜਕ ਤੇ ਲੈ ਕੇ ਨਿਕਲਦੀ ਹੋਗੀ ਲੋਕੀ ਤੇ ਸਮਝਦੇ ਹੋ ਕਿ ਅਮਰੂਦ ਵੇਚਣ ਦੇ ਓਏ ਮੇਰੀ ਬੀਵੀ ਇਹ ਤੇਰਾ ਕੀ ਖਿਆਲ ਹੈ ਇਹ ਹਮਰਾਹੀ ਦੀ ਜੋੜੀ ਪਿੰਡ
ਪਿੰਡ ਦਾ ਵੱਡਾ ਚੌਧਰੀ ਪਾਗਲ ਤੈਨੂੰ ਪਤਾ ਹੀ ਨਹੀਂ ਹੈਗਾ ਚੌਰੀ ਸਾਹਿਬ ਦਾ। ਅੱਛਾ ਜੀ। ਹਾਂਜੀ ਚੌਰੀ ਸਾਹਿਬ ਦਾ ਤੇ ਕੁੱਤਾ ਕਿਸੇ ਦੇ ਘਰ ਚਲਾ ਜਾਵੇ ਤੇ ਉਹ ਸਮੇਂ ਚੌਰੀ ਆਪ ਆ ਗਏ। ਚੌਧਰੀ ਸਾਹਿਬ ਨੂੰ ਜਾਣਦਾ ਨਹੀਂ? ਚੌਧਰੀ ਸਾਹਿਬ ਜਿੱਥੇ ਲੰਘਦੇ ਨਾ ਮਹੱਲੇ ਦੇ ਬੱਚੇ ਅੰਦਰ ਵੜ ਜਾਂਦੇ ਨੇ। ਉਹ ਕਹਿੰਦੇ ਨੇ ਕਿ ਚੌਧਰੀ ਬੋਰੀ ਵਾਲਾ ਆ ਗਿਆ। ਉਹ ਬੁਲਾ ਚੌਧਰੀ ਕਾਲੇ ਨੂੰ। ਉਹ ਚੌਧਰੀ ਕਾਲਿਆ ਤੁਹਾਡੇ ਤੋਂ ਵੀ ਕਾਲਾ। ਉਹ ਚੌਧਰੀ ਕਾਲੇ ਨੂੰ ਬੁਲਾ ਦਾ। ਓਏ ਸ਼ੋਰ ਜਿਹਾ ਨਾ ਓਏ ਓਏ ਕੀ ਕਰਨ ਦੇ ਹੋ ਮੇਰੇ ਨਾਲ? ਓਏ ਓ ਚੌਧਰੀ ਉਹ ਮੈਂ ਕਾਲੇ ਨਾਲ ਕਰਕੇ ਆਉਂਦਾ ਗੱਲ। ਤੂੰ ਖੋਤਾ ਖਾਦਾ ਕੀ ਹੈ? ਆ ਪੂਛਣਾ ਨਿਕਲੀਆਂ ਆ ਜਾਂਦੀ ਹੈ। ਉਹ ਮੈਂ ਪਿੰਡ ਦਾ ਵੱਡਾ ਚੌਧਰੀ ਆ ਤੇ ਮੈਂ ਛੋਟਾ ਤੇ ਉਹ ਪੱਲੇ ਕੀ ਰਹਿ ਜਾਏਗਾ ਦੱਸ ਮੈਨੂੰ। ਬਸ 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 ਮੈਂ ਤੁਹਾਡੇ ਫੈਸਲੇ ਕਰਾਉਣੇ ਨੇ। ਤੂੰ ਕਾਹਦੇ ਫੈਸਲੇ ਕਰਾਉਣੇ? ਤੂੰ ਬੰਦਾ ਤਾਂ ਸਿੱਧਾ ਕਰਾ ਨਹੀਂ ਸਕਿਆ। ਅੱਛਾ ਫਿਰ ਨਹੀਂ ਬੰਦਾ ਤਾਂ ਨਾ ਮੰਨੋਗੇ? ਓਏ ਅਸੀਂ ਆਪਣੇ ਫੈਸਲੇ ਆਪੇ ਕਰਾ ਲਾ। ਓਏ ਓਏ ਕੀ ਕਰਨ ਦੇ ਹੋ? ਖੁਦਾ ਦਾ ਵਾਸਤਾ ਜੀ ਅਸੀਂ ਕੀ ਕਰ ਰਹੇ ਆ ਅੱਬਾ ਜੀ? ਓਏ ਸਾਰੀ ਬਰਾਦਰੀ 'ਚ ਮੈਨੂੰ ਬੇਇੱਜ਼ਤ ਕਰਾ ਦਿੱਤਾ। ਤੁਸੀਂ ਦੱਸੋ ਤੁਸੀਂ ਕੀ ਕੀਤਾ ਸਾਰੀ ਜ਼ਿੰਦਗੀ? ਕਦੀ ਵੀ ਔਲਾਦਾਂ ਠੀਕ ਨਹੀਂ ਹੋਈਆਂ ਅੱਬਾ ਜੀ। ਜਿਨ੍ਹਾਂ ਦੇ ਵਾਲਦਾਂ ਆਪਣੀ ਔਲਾਦ ਦਾ ਖਿਆਲ ਨਾ ਕਰਨ, ਉਹਨਾਂ ਦੀ ਪਰਵਰਿਸ਼ ਦਾ ਧਿਆਨ ਨਾ ਦੇਣ। ਔਲਾਦ ਜਦੋਂ ਵੀ ਜਵਾਨ ਹੋ ਰਹੀ ਹੋਵੇ ਮਾਂ ਪਿਓ ਦਾ ਹੱਕ ਬਣਦਾ ਆਪਣੀ ਔਲਾਦ ਤੇ ਧਿਆਨ ਦੇਵੇ। ਉਹ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਉਹ ਧਿਆਨ ਹੀ ਦੇਂਦਾ ਰਿਹਾ ਸਾਰੀ ਜ਼ਿੰਦਗੀ। ਕੀ ਧਿਆਨ ਦਿੱਤਾ ਤੁਸੀਂ? ਤੁਹਾਡਾ ਧਿਆਨ ਸਿਰਫ ਕੰਮ 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 ਕੰਮ। ਆਪਣੀ ਔਲਾਦ ਨਾਲ ਤੁਹਾਡਾ ਇੱਕ ਪੋਲਾ ਜਿਹਾ ਵੀ ਧਿਆਨ ਨਹੀਂ ਸੀ ਤੇ ਤੁਹਾਨੂੰ ਅੱਜ ਰਿਜ਼ਲਟ ਮਿਲ ਗਿਆ। ਹੁਣ ਰੋਂਦੇ ਹੋ ਕਿ ਮੇਰੀ ਔਲਾਦ ਗਲਤ ਕਿਉਂ ਨਿਕਲ ਆਈ ਹੈ। ਉਦੋਂ ਸੋਚਣਾ ਸੀ ਤੁਹਾਨੂੰ ਦੋਵਾਂ ਨੂੰ ਇੱਕੋ ਹੀ ਫਿਕਰ ਹੈ ਕਿ ਮੈਂ ਵੱਡਾ ਤੂੰ ਵੱਡਾ। ਵੱਡੀ ਜ਼ਾਤ ਤੇ ਸਿਰਫ ਸੋਹਣੇ ਰੱਬ ਦੀ ਹੈ ਜਿਹੜੀ ਇਹ ਪੂਰੀ ਕਾਇਨਾਤ ਚਲਾ ਰਹੀ ਹੈ। ਕੁੜਤਾ ਬਦਲ ਲੈਣੇ ਚੁਣਬੋ ਆ ਰਹੀ ਹੈ। ਕਹਿੰਦਾ ਜਦੋਂ ਆਪਾਂ ਜੀ ਕਰ ਰਹੇ ਹੁੰਦੇ ਮੈਂ ਸੁੱਤਾ ਹੁੰਦਾ। ਚੱਲ ਚੱਲ।